प्रेगनेंसी तब तो मेरी जिदा किसी ने कंप्लेन करती थी कि बिना ट्रायल के मैडम आ गए हैं आ, अच्छा तुसी आ... जेडे जब बिजली बोर्ड में भर्ती हो गई थी जब कि मैं नेशनल रिकॉर्ड की था सी 96 में, सी भी भी में ना दो, ना दो, मैं नेशनल रिकॉर्ड साइड गेम रिकॉर्ड सी का मेरे हस्बैंड भी बीच में गए ना दौड़ ना दौड़ मैं कब पता नहीं आफ्टर बेबी ना दौड़ पाऊं पर इन्होंने कहता ट्रायल छठ पर दिखी जाऊंगी ਤਾਂ ਸਮੰਲੋ ਹਰਮਿਲਨ ਨੂੰ ਮੇਰੇ ਟੈਡੀ ਜਿੱਦ ਨਾਲ ਰਨਿੰਗ ਕਰਾ ਲਾ ਪਈ ਸੀ ਹੌਲੀ ਹੌਲੀ ਚਲੇ ਨੂੰ ਗਰਾਊਂਡ ਲੈ ਜਾਣ ਲਗੇ ਗਰਾਊਂਡ 'ਚ ਫਿਰ ਦਿੱਤਾ ਇਹਨੂੰ ਇੱਕ ਦੋ ਵਾਰ ਦਾ ਰਨਿੰਗ ਰਨਿੰਗ ਕਰਾਈ ਇਹਨੇ ਮਨਾ ਕਰਤਾ ਕਹਿੰਦੀ ਮੈਂ ਐਥਲੈਟਿਕਸ ਨਹੀਂ ਕਰਨੀ ਐਥਲੈਟਿਕਸ ਬਹੁਤ ਟਾਫ ਹੈ ਹਨਾ ਉਹਦੇ ਵਿੱਚ ਮੈਂ ਮਿਲਨ ਨੂੰ ਜਿੱਦਾਂ ਪਾਰਟਿਸਿਪੇਟ ਕਰਾਇਆ ਤਾਂ ਹਰਮਿਲਨ ਸੈਕੰਡ ਆ ਗਈ ਇੱਕ ਗੁੱਸੇ 'ਚ ਫਿਰ ਮੇਰੇ ਕੋ ਆਈ ਕਹਿੰਦੀ ਮम्मा ਮੈਂ ਤੁਹਾਨੂੰ ਮਨਾ ਕੀਤਾ ਸੀ ਮਤਲੈਟਿਕਸ ਨਹੀਂ ਕਰਨਾ ਤੇ ਵੀ ਟੂਰਨਾਮੈਂਟ ਜਾਣਾ ਮੈਂ ਇਹਨੂੰ ਲੈ ਕੇ ਜਾਣਾ ਕਈ ਵਾਰ ਆਊਟ ਆਫ ਸਟੇਟ ਵੀ ਲੈ ਕੇ ਗਈ ਹੈ ਤਾਂ ਉੱਥੇ ਮਤਲਬ ਇਹ ਫਸਟ ਫਸਟ ਆਨ ਲੱਭ ਪਈ ਫਿਰ ਇਹਨੂੰ ਹੌਲੀ ਹੌਲੀ ਇੰਟਰਸਟ ਮਤਲਬ ਪੈ ਗਿਆ। ਕਾਫੀ ਸਮੇਂ ਤੱਕ ਮੇਰੀ ਅੱਛੀ ਪੋਜੀਸ਼ਨ ਰਹੀ ਹੈ ਗੇਮ ਦੇ ਵਿੱਚ ਜਦੋਂ ਮੈਂ ਨੈਸ਼ਨਲ ਰਿਕਾਰਡ ਕੀਤਾ ਤੇ ਪਿਛਲੇ ਸਾਲ ਮੈਂ ਅਨਬੀਟੇਬਲ ਵੀ ਰਹੀ ਸੀ 2021 ਚ। ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਸਾਥ ਕਿਸਦਾ ਮਿਲਿਆ ਜਦੋਂ ਕਦੇ ਓਖੇ ਪਲ ਆਏ ਜਾਂ ਓਖੀਆਂ ਘੜੀਆਂ ਆਈਆਂ ਤਾਂ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਸਾਥ ਕਿਹਨੇ ਦਿੱਤਾ ਹੈ? ਬਹੁਤ ਔਖਾ ਕੁਐਸਚਨ ਪੁੱਛ ਲਿਆ ਤੁਸੀਂ। ਹਰ ਕਿਸੇ ਦਾ ਅਲੱਗ ਹੀ ਰੋਲ ਰਿਹਾ ਮੇਰੇ ਲਾਈਫ ਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਮੇਰਾ ਸਾਥ ਦਿੱਤਾ ਤੇ ਜਿਹੜੇ ਸਾਥ ਸੀਗੇ ਉਹ ਮੇਰੇ ਸਾਥ ਹੈਗੇ ਵੀ ਨੇ ਤੇ ਮੈਨੂੰ ਉਹਦੀ ਬਹੁਤ ਖੁਸ਼ੀ ਹੈ 2015 ਤੋਂ ਪ੍ਰੋਫੈਸ਼ਨਲੀ ਸਪੋਰਟਸ ਸਟਾਰਟ ਕੀਤੀ ਸੀ ਤੇ 15 ਤੋਂ ਬਾਅਦ ਮੇਰੇ ਕੈਰੀਅਰ 'ਚ ਕਾਫੀ ਛੋਟੇ-ਛੋਟੇ 3-3 ਮਹੀਨੇ ਦੇ ਬ੍ਰੀਕਸ ਆਉਂਦੇ ਰਹੇ ਹਰ ਸਾਲ ਦੇ ਵੀ 3 ਮਹੀਨੇ ਤੱਕ ਪੱਕਾ ਹੀ ਸੀ ਫਿਰ ਜਦੋਂ ਐਟ ਲਾਸਟ ਡਿਟੈਕਟ ਹੋਇਆ ਪਤਾ ਲੱਗਾ ਅਪਲਾਈ ਕਰਾਇਆ ਤੇ ਡਾਕਟਰ ਮਨੀਤਜੀ ਨੇ ਕਹਾ ਕੀ ਦੀ ਵਨ ਐਂਡ ਓਨਲੀ অপਸ਼ਨ ਮੈਂ ਤਾਂ ਪਹਿਲਾਂ ਕਾਫੀ ਡਾਕਟਰਸ ਨੂੰ ਰਿਜੈਕਸ਼ਨ ਦੇ ਦਿੱਤੀ ਸੀ ਕਿ ਸਪੋਰਟਸ ਨਹੀਂ ਕਰ ਸਕਦੀ ਹਾਂ ਆਪਰੇਸ਼ਨ ਤੋਂ ਬਾਅਦ ਜਿਹੜਾ ਇੱਕ ਪੂਰਾ ਸਾਲ ਮੈਂ ਆਊਟ ਆਫ ਟਰੈਕ ਰਹੀ ਇਹ ਮੇਰਾ ਸਭ ਤੋਂ ਵੱਡਾ ਗੈਪ ਸੀ ਮੇਨੇ ਕਰੀਆ ਉਹ ਵੀ 2001 ਸਾਲ ਪਹਿਲਾਂ ਇੱਕ ਸਾਲ ਪਹਿਲਾਂ ਤੇ ਫਿਰ ਵੀ ਮੈਨੂੰ ਲੱਗਦਾ ਕਿ ਜੇ ਸ਼ਾਇਦ ਇਹ ਚੀਜ਼ ਨਾ ਹੋਈ ਹੁੰਦੀ ਤਾਂ ਸਿਲਵਰ ਦੀ ਜਗ੍ਹਾ 골ਡ ਹੋ ਸਕਦਾ ਸੀ 골ਡ ਵੀ ਹੋ ਸਕਦਾ ਸੀ ਤੇ ਮੈਕ ਵਰਲਡ ਚੈਂਪੀਅਨਸ਼ਿਪ ਵੀ ਮਿਸ ਕੀਤਾ ਉਸ ਗੈਪ ਕਰਕੇ ਜਿਸ ਮੇਰਾ ਆਪਰੇਸ਼ਨ ਹੋਣਾ ਸੀ ਇਹ ਦਿਨ ਜਿਹੜੀ ਆਈ ਸੀ ਤਾਂ ਡਿਪਰੈਸਟ ਹੋ ਗਈ थी काफी ਇਹ ਮਤਲਬ ਇਹ ਤਾਂ ਸੁਸਾਈਡ ਕਰਨ ਨੂੰ ਵੀ ਸੋਚ ਲਈ ਸੀ ਪਰ ਮੈਂ ਕਹਾ ਨਹੀਂ ਬੱਤ ਆਪਾ ਖੜਨਾ ਹੈ ਦੁਬਾਰਾ ਤੇ ਇਹਨੇ ਮਤਲਬ ਹੌਸਲਾ ਨਹੀਂ ਛੱਡਿਆ ਇਹਨੇ ਕਹ ਲਿਆ ਕਿ ਬਹੁਤ ਸਟਰੋਂਗ ਰਹੀ ਸਾਰਾ ਮਤਲਬ ਬਟ ਇਹਨੇ ਉਹ ਕਰਕੇ ਦਿਖਾਇਆ ਜਿਲਕੋਚਾ ਨੇ ਕਿਹਾ ਸੀ ਸਾਥ ਛੜਤਾ ਸੀ ਕੋਚਾ ਲੈ ਕੇ ਕੋਈ ਇਹ ਬੱਟ ਤੇ ਬੱਟ ਇਸਨੇ ਖਬਰ ਵੀ ਲਈ ਉਸ ਟਾਈਮ ਦੇ ਵਿੱਚ ਆਪਣੇ ਨੂੰ ਸੰਭਾਲਣਾ ਜ਼ਿਆਦਾ ਔਖ ਹੋ ਗਿਆ ਸੀ ਕਿਉਂਕਿ ਨੈਚਰਲ ਰికਵਰਡ ਕੀਤਾ ਸੀ ਇੱਕ ਅੱਛੀ ਚੀਮੈਂਟ ਤੋਂ ਬਾਅਦ ਬੈੱਡ ਤੇ ਬੈਠਣਾ ਉਹ ਵੀ ਪਤਾ ਨਾ ਲੱਗੇ ਕਿ ਆਇਆ ਹਰ ਪਾਸੇ ਨਾ ਵੀ ਹੋ ਗਈ ਸੀ ਜਿਹੜਾ ਮਾਇੂਸ ਵੀ ਕਦੇ-ਕਦੇ ਹੋ ਜਾਂਦੇ ਹੋਗੇ ਪਰ ਉਸ ਮਾਇੂਸੀ ਤੋਂ ਨਿਕਲਣ ਦੇ ਲਈ ਆਪਣੇ ਆਪ ਨੂੰ ਦੁਬਾਰਾ ਤੋਂ ਫੇਰ ਮੋਟੀਵੇਟ ਰਹਿਣ ਦੇ ਲਈ ਯਾ ਰੱਖਣ ਦੇ ਲਈ ਕੀ ਕਰਦੇ ਫਿਰ ਜਦੋਂ ਮੈਂ ਏਸ਼ੀਆ ਨੀਮ ਲਈ ਗਈ ਸੀ ਤਾਂ ਮੈਂ ਇਨਾ ਆਪਣੇ ਲਾਈਫ ਮਤਲਬ ਆਪਰੇਸ਼ਨ ਤੋਂ ਬਾਅਦ ਪਹਿਲਾ ਸਪੀਡ ਸੈਸ਼ਨ ਸੀ ਤੇ ਮੈਂ ਜੋ ਸਪੀਡ ਕੀਤਾ ਸਾਰੇ ਰੈਪੀਟੀਸ਼ਨਸ ਇੰਪਰੂਵ ਹੋ ਗਏ ਪੰਜ ਪੰਜ ਸੈਕਿੰਡ ਇੰਪਰੂਵ ਹੋ ਗਏ ਤੇ ਮੈਂ ਕੌਨਫੀਡੈਂਸੀ ਕੀ ਮੈਡਲ ਪੱਕਾ ਆ ਪੁਆਇੰਟ ਸੀ ਕਿਹਾ ਆ ਗੱਲ ਐਕਚੁਅਲੀ ਇੱਧਰ ਸਟਾਰਟ ਸੀ ਮੈਨੂੰ ਜੋ ਟੂਲ ਫਾਈਨ ਦੱਸਿਆ ਸੀਗਾ ਕਿ ਮੈਂ ਕਹਿੰਦਾ ਯਾਰ ਮਿਲਨ ਕੁੜੀ ਟੌਂਟ ਮਾਰ ਗਈ ਮੈਂ ਕਿਹਾ ਅੱਛਾ ਕੌਣ ਮਾਰ ਗਈ ਕਹਿੰਦੇ ਕਹਿੰਦੇ ਕਿ ਉਹ ਯੂਪ ਵਾਲੀ ਕਹਿੰਦੀ ਪਈ ਤੁਹਾਡਾ 골ਡ ਮੇਰਾ ਬ੍ਰੌਂਜ਼ ਇੱਕ ਬਰਾਬਰ ਹੈ ਸਾਡੇ ਮੰਤਰੀ ਨੇ ਫਿਰ ਉੱਤੋਂ ਸਾਡੇ ਖੇਲ ਮੰਤਰੀ ਨੇ ਫਿਰ ਮੈਂ ਉਹਨੂੰ ਕਿਹਾ ਕਿ ਸਰ ਦੇਖੋ ਜੀ ਆ ਹੋਇਆ ਸਾਡੇ ਨਾਲ ਉੱਥੇ ਤੇ ਇੱਕ ਰਿਕੁਐਸਟ ਹੈ ਕਿ ਸਾਨੂੰ ਉਹਨਾਂ ਦੇ ਬਰਾਬਰ ਖੜਾ ਕੀਤਾ ਜਾਵੇ ਤੇ ਨਾ ਸਾਡੇ ਨਾਲ ਇਹ ਗੱਲਾਂ ਉੱਠਣ ਮੰਜ਼િલેਂ کیا ہے راستہ کیا ہے اگر حوصلہ ہو تو فاصلہ کیا ہے دوستੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ਸ਼ਵਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਏਸ਼ੀਅਨ ਖੇਡਾਂ ਦੇ ਵਿੱਚ 1500 ਅਤੇ 800 ਮੀਟਰ ਦਾ فاصلہ طے ਕਰਕੇ ਸਾਡੇ ਦੇਸ਼ ਦੇ ਲਈ ਸਿਲਵਰ ਮੈਡਲ ਲੈ ਕੇ ਆਉਣ ਵਾਲੇ ਜੋ ਖਿਡਾਰਨ ਹਰ ਮਿਲਨ ਤੇ ਉਹਨਾਂ ਦੇ ਮਦਰ ਜਿਨ੍ਹਾਂ ਨੇ 20 ਸਾਲ ਪਹਿਲਾਂ ਸਾਡੇ ਦੇਸ਼ ਦੇ ਲਈ 800 ਮੀਟਰ ਰੇਸ ਦੇ ਵਿੱਚ ਉਸੇ ਤਰੀਕੇ ਦੇ ਨਾਲ ਜਿਹੜਾ ਮੈਡਲ ਲੈ ਕੇ ਆਂਦਾ ਸੀ ਤੇ ਉਸੇ ਰੀਤ ਨੂੰ ਧੀ ਨੇ ਅੱਗੇ ਤੋਰਿਆ ਇਸ ਵਕਤ ਦੋਨੇ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਨੂੰ ਦੋਨਾਂ ਨੂੰ ਮੁਬਾਰਕਬਾਦ ਕਿ ਤੁਸੀਂ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਥੈਂਕ ਯੂ ਸਰ ਸੁਮੇ ਮੈਂ ਪਹਿਲੇ ਹੀ ਸੋਚਿਆ ਹੋਇਆ ਸੀ ਕਿ ਰੀਤ ਅੱਗੇ ਇਸੇ ਤਰੀਕੇ ਨਾਲ ਜਾਊਗੀ ਜਾਂ ਫਿਰ ਜਦੋਂ ਹਰਮਿਲਨ ਦਾ ਜਨਮ ਹੋਇਆ ਉਸ ਤੋਂ ਬਾਅਦ ਇਹਨਾਂ ਦਾ ਅਬਦਾ ਧਿਆਨ ਸੀਗਾ ਕਿ ਐਥਲੀਟ ਬਣਨਗੇ ਨਹੀਂ ਐਸੀ ਸੋਚਿਆ ਤਾਂ ਨਹੀਂ ਸੀਗਾ ਕਿ ਮੈਂ ਬੱਚੇ ਨੂੰ ਆਪਣਾ ਮਤਲਬ ਐਥਲੀਟਿਸ ਕਰਾਉਂਗੀ ਕਿਉਂਕਿ ਐਥਲੀਟਿਸ ਬਹੁਤ ਹਾਰਡ ਵਰਕ ਹੁੰਦੀ ਹੈ ਜਦੋਂ ਮਤਲਬ 3 3.5 ਸਾਲ ਦੀ ਸੀਗੀ ਜਦੋਂ ਮੈਂ ਏਸ਼ੀਅਨ ਗੇਮ ਮੈਡਲ ਲੈ ਕੇ ਲੈ ਕੇ ਆਈ ਸੀ ਨਾ ਤਾਂ ਇਹਦੇ ਗੱਲ ਚ ਮੈਂ ਆਪਣਾ ਮੈਡਲ ਪਾਇਆ ਸੀ ਤੇ ਇੱਕ ਟੀ-ਸ਼ਰਟ ਲੈ ਕੇ ਆਈ ਥੀ ਏਸ਼ੀਅਨ ਗੇਮ ਜੋ ਬੁਸਾਨ ਤੋਂ ਲੈ ਅੱਛਾ ਤਾਂ ਸਾਨੂੰ ਉਦੋਂ ਤੱਕ ਨਹੀਂ ਪਤਾ ਸੀਗਾ ਕਿ ਮੈਂ ਆਪਣੀ ਬੇਟੀ ਨੂੰ ਐਥਲੀਟਿਕਸ ਕਰਾਂਗੀ ਨਾ ਤਾਂ ਹੌਲੀ ਹੌਲੀ ਚੱਲੇ ਨੂੰ ਗਰਾਊਂਡ ਲੈ ਜਾਣ ਲੱਗੇ ਗਰਾਊਂਡ 'ਚ ਫਿਰ ਜਿੱਦਾਂ ਇਹਨੂੰ 1-2 ਵਾਰ ਰਨਿੰਗ ਰਨਿੰਗ ਕਰਾਈਏ ਨੇ ਮਨਾ ਕਰਤਾ ਕਹਿੰਦੀ ਮੈਂ ਐਥਲੀਟਿਕਸ ਨਹੀਂ ਕਰਨੀ ਐਥਲੀਟਿਕਸ ਬਹੁਤ ਟਾਫ ਹੈਗੀ ਹੈ ਨਾ ਚਲੋ ਜੀ ਜਦੋਂ ਬੱਚਿਆਂ ਨੂੰ ਪ੍ਰੈਕਟਿਸ ਕਰਾਉਂਦੇ ਸੀ ਉਦੋਂ ਕਾਫੀ ਬੱਚੇ ਸੀ ਮੇਰੇ ਕੋਲ ਮੈਂ ਪ੍ਰੈਕਟਿਸ ਕਰਾਉਂਦੀ ਸੀ ਤੇ ਦੇਖਦੀ ਸੀ ਮੈਂ ਉਹਨਾਂ ਨੂੰ ਡੋਸ ਬਾਲ ਖਿਲਾਂਦੀ ਸੀ ਛੋਟੇ ਬੱਚੇ ਨੂੰ ਕਿੱਦਾਂ ਬੇਸ ਬਣਾਉਣਾ ਹੈ ਇਹ ਗੰਦੀ ਮਮਾ ਮੈਂ ਵੀ ਖੇਡਣਾ ਹੈ ਡੋਸ ਬਾਲ ਮੈਂ ਕਹਾਂ ਚਲੋ ਠੀਕ ਹੈ ਮੈਂ ਇਹਨੂੰ ਜਿੱਦਾਂ ਡੋਸ ਬਾਲ ਖਿਲਾਨਾ ਸ਼ੁਰੂ ਕਰ ਕਰਾਂਦੇ ਸੀ ਖੇਡਦੀ ਸੀ ਇੰਟਰਸਟ ਰੱਖਦੀ ਸੀ ਉਹਦੇ ਬਾਅਦ ਜਿੱਦਾਂ ਦੂਜੇ ਦਿਨ ਵੀ ਜਾਣਾ ਇਹਨੇ ਕਿਹਾ ਮਮਾ ਮੈਂ ਡੋਸ ਬਾਲ ਖੇਲਣਾ ਮੈਂ ਕਹਾਂ ਚਲੋ ਜੀ ਇਹ ਦੇ ਕਰਕੇ ਮੈਂ ਬੱਚਿਆਂ ਨੂੰ ਡੋਸ ਬਾਲ ਖਿਲਾਨਣ ਲੱਗ ਗਈ ਹੌਲੀ ਹੌਲੀ ਜਿੱਦਾਂ ਮਤਲਬ ਇੱਕ ਮੇਰੇ ਹਸਬੰਦ ਟੂ ਫੁੱਟਬਾਲ ਦਾ ਉਹਦੇ ਵਿੱਚ ਇੱਕ ਇਵੈਂਟ ਐਥਲੈਟਿਕਸ ਰੱਖ ਲੈਂਦੇ ਸੀ ਕਿ ਚਲੋ ਪਾਥ ਲੀਟ ਹੈ ਤਾਂ ਇੱਕ ਇਵੈਂਟ ਐਥਲੈਟਿਕਸ ਰੱਖ ਲਈਏ ਉਹਦੇ ਵਿੱਚ ਮੈਂ ਮਿਲਨ ਨੂੰ ਜਿੱਦਾਂ ਪਾਰਟਿਸਿਪੇਟ ਕਰਾਇਆ ਤਾਂ ਹਰ ਮਿਲਨ ਸੈਕੰਡ ਆ ਗਈ ਇੱਕ ਗੁੱਸੇ 'ਚ ਫੇਮ ਕੋ ਆਈ ਕਹਿੰਦੀ ਮम्मा ਮੈਂ ਤੁਹਾਨੂੰ ਮਨਾ ਕੀਤਾ ਸੀ ਮੈਥਲੈਟਿਕ ਨਹੀਂ ਕਰਨਾ ਮੈਨੂੰ ਬਿਲਕੁਲ ਪਸੰਦ ਨਹੀਂ ਐਥਲੈਟਿਕ ਸੀ ਇਹ ਉਹ ਮੇਰੇ ਨਾਲ ਕਾਫੀ ਮਤਲਬ ਛੋਟੀ ਸੀ ਬੋਲੀ ਮੈਂ ਕਾ ਚਲ ਕੋਈ ਗੱਲ ਨਹੀਂ ਆਪਾਂ ਨਹੀਂ ਕਰਦੇ ਦੁਬਾਰਾ ਦੂਜੇ ਦਿਨ ਤੀਜੇ ਦਿਨ ਜਦਾਂ ਇਹਨੂੰ ਗਰਾਉਂਡ ਸੈਕਿੰਡ ਵੀ ਆ ਕੇ ਫਿਰ ਵੀ ਬੋਲੀ ਹਾਂ ਫਿਰ ਵੀ ਬੋਲੀ ਸੈਕਿੰਡ ਆਨਦੇ ਬਾਅਦ ਫਿਰ ਕਹਿੰਦੀ ਮੈਂ ਗਰਾਉਂਡ 에 ਨਹੀਂ ਆਣਾ ਬਟ ਫਿਰ ਕਹਿੰਦੀ ਮम्मा ਮੈਂ ਗਰਾਉਂਡ ਜਾਣਾ ਫਿਰ ਮੈਂ ਕਹਾਂ ਗਰਾਉਂਡ ਜਾਣਾ ਫਿਰ ਕੁੜੀ ਨੇ ਤੈਨੂੰ ਦੇਖਣਾ ਕਹਿਣਾ ਮੈਨੇ ਹਰ ਮਿਲਣ ਨੂੰ ਹਰਾਇਆ ਹੈ ਫਿਰ ਆਪਾਂ ਬੇਇੱਜ਼ਤੀ ਮਹਿਸੂ ਕੰਨੀ ਅੱਛਾ ਫਿਰ ਮम्मा ਆਪਾ ਦੌੜਦੇ ਆ ਠੀਕ ਹੈ ਮੈਨੂੰ ਜਿੱਦਾਂ ਪ੍ਰੈਕਟਿਸ ਕਰਾਈ ਦੋ ਤਿੰਨ ਹਫਤੇ ਉਹਦੇ ਬਾਅਦ ਚ ਜੋ ਵੀ ਰੇਸ ਹੋਈ ਤੇ ਇਹ ਫਰਸਟ ਆ ਗਈ ਇਹਨੂੰ ਜਿੱਦਾਂ ਮੱਲਾ ਹਲੇ ਹਲੇ ਇੰਟਰਸਟ ਪੈਣ ਲੱਗ ਪਿਆ ਜਿੱਦਾਂ ਕੋਈ ਸਕੂਲ ਦਾ ਕੋਈ ਮਤਲਬ ਕਲੇਸਟਰ ਹੁੰਦਾ ਸੀ ਜਾਂ ਕਿਤੇ ਵੀ ਟੂਰਨਾਮੈਂਟ ਜਾਣਾ ਮੈਂ ਇਹਨੂੰ ਲੈ ਕੇ ਜਾਣਾ ਕਈ ਵਾਰ ਆਊਟ ਆਫ ਸਟੇਟ ਵੀ ਲੈ ਕੇ ਗਈ ਐ ਤਾਂ ਉੱਥੇ ਮਤਲਬ ਇਹ ਫਰਸਟ ਫਰਸਟ ਆਣ ਲੱਗ ਪਈ ਫਿਰ ਇਹਨੂੰ ਹੌਲੀ ਹੌਲੀ ਇੰਟਰਸਟ ਮਤਲਬ ਪੈ ਗਿਆ ਤਾਂ ਇਥੇ ਦੀ ਮੰਦਾਬ ਤੁਸੀਂ ਤੁਸੀਂ ਦੱਸਿਆ ਕਿ ਤੁਸੀਂ ਪਹਿਲੀ ਵਾਰ ਜਦੋਂ ਤੁਹਾਨੂੰ ਜਿਹੜਾ ਸਿਲਵਰ ਮੈਡਲ ਮਿਲਿਆ ਸੀਗਾ ਏਸ਼ੀਅਨ ਖੇਡਾ ਦੇ ਵਿੱਚੋਂ ਉਹ ਤੁਸੀਂ ਹਰਮਿਲਨ ਉਹਨਾਂ ਨੂੰ ਪਾਇਆ ਸੀਗਾ ਤੇ ਜਦੋਂ ਹੁਣ ਹਰਮਿਲਨ ਦਾ ਜਿਹੜਾ ਆਪਣਾ ਜਿੱਤਿਆ ਹੋਇਆ ਮੈਡਲ ਉਹਨਾਂ ਦੇ ਗਲੇ ਦੇ ਵਿੱਚ ਦੇਖਿਆ ਤਾਂ ਕੀ ਡਿਫਰੈਂਸ ਕੀ ਸੀਗਾ ਜਾਂ ਉਦੋਂ ਕੀ ਮਹਿਸੂਸ ਕੀਤਾ ਦੇਖੋ ਜਦੋਂ ਇਹਨੇ ਮਤਲਬ ਮੈਡਲ ਮੇਰੇ ਗੱਲੇ ਚ ਪਾਇਆ ਮੈਨੂੰ ਪੁਰਾਣੀ ਅੱਛਾ ਉਹ ਇਸ ਵਾਰ ਇਸ ਵਾਰ ਇਹਨਾਂ ਨੇ ਤਾਂ ਲਪਾਇਆ ਹਾਂਜੀ ਇਹਨੇ ਮੈਨੂੰ ਪਾਇਆ ਤਾਂ ਪੁਰਾਣੀ ਯਾਦਾਂ ਤਾਜ਼ੀ ਹੋ ਗਈ ਕਿ ਕਦੀ ਮੈਂ ਦੌੜਦੀ ਸੀ ਅੱਜ ਦੇਖੋ ਮੇਰੀ ਬੇਟੀ ਮਤਲਬ ਕਦੀ ਉਹ ਸਮਾਂ ਸੀ ਜਦੋਂ ਤੁਸੀਂ ਇਹਨਾਂ ਦੀ ਗੱਲ ਦੇ ਵਿੱਚ ਆਪਣਾ ਜਿੱਤਿਆ ਹੋਇਆ ਮੈਡਲ ਪਾਇਆ ਸੀ ਤੇ 20 ਸਾਲਾਂ ਬਾਅਦ ਇਹਨਾਂ ਨੇ ਜਿਹੜਾ ਜਿੱਤ ਕੇ ਤੁਹਾਨੂੰ ਮੋੜ ਤਾਂ ਵਾਪਿਸ ਮੋੜਿਆ ਵਾਪਿਸ ਵਾਪਿਸ ਮੋੜ ਡਬਲ ਮੋੜਿਆ ਡਬਲ ਮੋੜਿਆ ਹਾਂਜੀ ਇਹ ਬੜੀ ਮਾਨ ਦੀ ਗੱਲ ਹੈਗੀ ਕਿ ਬੇਟੀ ਨੇ ਮਤਲਬ ਸਾਨੂੰ ਹੁੰਦਾ ਸੀ ਕਿ ਚਲੋ ਮਤਲਬ ਇੱਕ ਸਮਾਜ ਹੈਗਾ ਕਿ ਕੁੜੀਆਂ ਆਪਣੇ ਪੈਰਾਂ ਤੇ ਖੜ ਜਾਏ ਨਾ ਤਾਂ ਅਸੀਂ ਤਾਂ ਮਿਹਨਤ ਕਰਾਈ ਬੱਚੇ ਨੂੰ ਕਿ ਚਲੋ ਕੁੜੀਆਂ ਆਪਣੀ ਮਿਹਨਤ ਮਤਲਬ ਪੈਰਾਂ ਤੇ ਖੜ ਜਾਣ ਜੌਬ ਵੀ ਵਧੀਆ ਮਿਲ ਜਾ ਜੋ ਵੀ ਹੈ ਚਲੋ ਅੱਜ ਪਰਮਾਤਮਾ ਨੇ ਸਾਡੀ ਸੁਣ ਲਈ ਜੋ ਅੱਛੀ ਪੋਸਟ ਤੇ ਵੀ ਬੈਠੀ ਹੈ ਮਤਲਬ ਆਰਬੀਆਈ ਜੌਬ ਕਰ ਰਹੀ ਹੈ ਤਾਂ ਦੋ ਦੋ ਮਾਡਲ ਵੀ ਲੈ ਕੇ ਆਪਣਾ ਭਵਿੱਖ ਆਪ ਹੀ ਬਣਾ ਲਿਆ ਇਹਨੇ ਹਰ ਮਿਲਨ ਮੈਂ ਦੇਖ ਰਿਆ ਸੀ ਜਦੋਂ ਪਹਿਲਾਂ ਵੀ ਇੰਟਰਵਿਊ ਹੋ ਰਹੀ ਸੀ ਤੁਹਾਡੀ ਮੈਂ ਉਦੋਂ ਵੀ ਤੁਹਾਡੇ ਫੇਸ ਐਕਸਪ੍ਰੈਸ਼ਨ ਦੇਖ ਰਿਆ ਸੀ ਜਦੋਂ ਮੈਮ ਨੇ ਪਹਿਲੀ ਇੰਟਰਵਿਊ ਦੇ ਵਿੱਚ ਵੀ ਉਹ ਜਿਹੜੀ ਤੁਹਾਡੀ ਗਰਾਊਂਡ 'ਚ ਲੈ ਕੇ ਜਾਣ ਵਾਲੀ ਉਹ ਗੱਲ ਦੱਸੀ ਸੀ ਮੈਨੂੰ ਇਹਦਾ ਲੱਗਦਾ ਕਿ ਤੁਸੀਂ ਉਹ ਪਲ ਦੁਬਾਰਾ ਤੋਂ ਜੀਰੇ ਹੋ ਹੋ ਤੁਹਾਨੂੰ ਯਾਦ ਆ ਰਿਹਾ ਹੋਵੇ ਕਿ ਮੈਂ ਇਦਾਂ ਕਰਦੀ ਹੁੰਦੀ ਸੀ ਮੈਂ ਕਿਹਾ ਸੀ ਮੰਮੀ ਮੈਨੂੰ ਨਹੀਂ ਪਸੰਦ ਦੌੜਨਾ ਮੈਨੂੰ ਨਹੀਂ ਪਸੰਦ ਤੇ ਮੈਨੂੰ ਅਵਰਡਿੰਗ ਯਾਦ ਆ ਫਿਰ ਮੈਂ ਕਿੰਨਾ ਰੋਈ ਸੀ ਗ੍ਰਾਊਂਡ ਦੇ ਵਿੱਚ ਮੈਨੂੰ ਵੀ ਯਾਦ ਆ ਕਿ ਮੈਂ ਕਰਨਾ ਹੀ ਨਹੀਂ ਸੈਕਿੰਡ ਪੋਜੀਸ਼ਨ ਨਾਲ ਤੁਹਾਡਾ ਕੋਈ ਜਿਆਦਾ ਨਹੀਂ ਨੀਡਤਾ ਉਹਦੋਂ ਵੀ ਸੈਕਿੰਡ ਆਏ ਨਹੀਂ ਉਦੋਂ ਮੇਰਾ ਮਨ ਨਹੀਂ ਸੀਗਾ ਕਿਉਂਕਿ ਕਲਾਸ ਦੇ ਵਿੱਚ ਯੂਜੂਲੀ ਹਰ ਬੱਚਾ ਅੱਛਾ ਹੁੰਦਾ ਛੋਟੀ ਉਮਰ ਚ ਪਰ ਮੈਂ ਵੀ ਅੱਛੀ ਸੀ ਫਰਸਟ ਆਂਦੀ ਸੀ ਕਲਾਸ ਚ ਤੇ ਇੱਥੇ ਸੈਕਿੰਡ ਆਈ ਫਿਰ ਮੈਂ ਬੜਾ ਰੋਈ ਕਿ ਮੈਂ ਨਹੀਂ ਉੱਥੇ ਹੀ ਠੀਕ ਸੀ ਕਲਾਸ ਦੇ ਵਿੱਚ ਹੀ ਹੌਲੀ ਹੌਲੀ ਅਗਲੇ ਸਾਲ ਜਦ ਮਮੇ ਨੇ ਦੱਸਿਆ ਕਿ ਮੈਂ ਗ੍ਰਾਊਂਡ ਫਰਸਟ ਆ ਕੇ ਲੇਕਿਨ ਕਲਾਸ ਦੇ ਪਿੱਛੇ ਜਾਂਦੇ ਗਈ ਗਰਾਉਂਡ ਖੇਡਣ ਲੱਗੇ ਜੋ ਸਮਾ ਪੜਾਈ ਦਸੀ ਫਿਰ ਜਿਆਦਾ ਗਰਾਉਂਡ ਵੱਲ ਦੇਣ ਲੱਗੇ ਫਿਰ ਕਾਫੀ ਸਮੇਂ ਤੱਕ ਮੇਰੀ ਅੱਛੀ ਪੋਜੀਸ਼ਨ ਰਹੀ ਹੈ ਗੇਮ ਦੇ ਵਿੱਚ ਜਦੋਂ ਮੈਂ ਨੈਸ਼ਨਲ ਰਿਕਾਰਡ ਕੀਤਾ ਤੇ ਪਿਛਲੇ ਸਾਲ ਮੈਂ ਅਨਬੀਟੇਬਲ ਵੀ ਰਹੀ ਸੀ 2021 ਚ ਫਿਰ ਬਾਈਚ ਆਪਰੇਸ਼ਨ ਹੋਇਆ ਤੇ ਫਿਰ ਮੇਰੇ ਕੰਪੀਟੀਸ਼ਨ ਸੀ ਮੇਰਾ ਨੀਦ ਆਪਰੇਸ਼ਨ ਹੋਇਆ ਸੀ ਅੱਛਾ ਕੋਈ ਦਿੱਕਤ ਆ ਗਈ ਸੀ ਹਾਂਜੀ ਪਲਾਈਕਾ ਸਿੰਡਰਮ ਸੀ ਯੂਜੂਲੀ ਹਰ ਇਨਸਾਨ ਦੇ ਵਿੱਚ ਨਹੀਂ ਹੁੰਦਾ ਇਟਸ ਲਾਈਕ ਇਨ 30% ਆਫ ਪਪੂਲੇਸ਼ਨ ਆਊਟ ਆਫ 100 ਤੇ <laughs> 30% ਨਾਰਮਲ ਪਪੂਲੇਸ਼ਨ ਦੇ ਵਿੱਚ ਸਪੋਰਟਸ ਦੇ ਵਿੱਚ ਸੋਚੋ ਬੱਚਾ ਕਿੰਨਾ 크 ਕਰਾਊਡ ਸਪੋਰਟਸ ਕਰਦਾ 5% ਤੇ 5% ਵਿੱਚੋਂ ਮੈਂ 1% ਸੀ ਹੂੰ ਫਿਰ ਇਹਦੇ ਨਾਲ ਕਿੰਨੀ ਤੁਹਾਨੂੰ ਕਿੰਨਾ ਕ ਟਾਈਮ ਤੁਹਾਨੂੰ ਜਿਹੜਾ ਪ੍ਰੈਕਟਿਸ ਦੇ ਵਿੱਚ ਵੇਟ ਕਰਨਾ ਪਿਆ ਜਾਂ ਤੁਹਾਨੂੰ ਕਿੰਨਾ ਕ ਬੈਡ ਰੈਸਟ ਕਰਨੀ ਪਈ ਮੈਂ 2015 ਤੋਂ ਪ੍ਰੋਫੈਸ਼ਨਲੀ ਸਪੋਰਟਸ ਸਟਾਰਟ ਕੀਤੀ ਸੀ ਤੇ 15 ਤੋਂ ਬਾਅਦ ਮੇਰੇ ਕੈਰੀਅਰ ਦੇ ਪਉ ਕਾਫੀ ਛੋਟੇ ਛੋਟੇ ਤਿੰਨ ਤਿੰਨ ਮਹੀਨੇ ਦੇ ਬ੍ਰੀਕਸ ਆਉਂਦੇ ਰਹੇ ਹਰ ਸਾਲ ਦੇ ਵੀ ਤਿੰਨ ਮਹੀਨੇ ਤੱਕ ਪੱਕਾ ਹੀ ਸੀ ਪਰ 2022 ਮੈਸਿਵ ਸੀ ਮੇਰੇ ਲਈ ਕਿਉਂਕਿ ਜਨਵਰੀ ਦੇ ਵਿੱਚ ਮੈਨੂੰ ਪੇਨ ਆ ਗਿਆ ਸੀ 4 ਮਹੀਨੇ ਲੱਗੇ ਡਿਟੈਕਟ ਹੋਣ ਲਈ ਫਿਰ ਜਦੋਂ ਐਟ ਲਾਸਟ ਡਿਟੈਕਟ ਹੋਇਆ ਪਤਾ ਲੱਗਾ ਅਪਲਾਈ ਕਰਿਆ ਤੇ ਡਾਕਟਰ ਮਨੀਤ ਜੀ ਨੇ ਕਿਹਾ ਕਿ ਦੀ ਵਨ ਐਂਡ ਓਨਲੀ ਆਪਸ਼ਨ ਉਸ ਤੋਂ ਪਹਿਲਾਂ ਕਾਫੀ ਡਾਕਟਰਸ ਨੇ ਰਿਜੈਕਸ਼ਨ ਦਿੱਤੀ ਸੀ ਕਿ ਸਪੋਰਟਸ ਨਹੀਂ ਕਰ ਸਕਦੀ ਫਿਰ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਕਰ ਲੋ ਦੌੜੇਂਗੀ ਫਿਰ ਆਪਰੇਸ਼ਨ ਤੋਂ ਬਾਅਦ ਜਿਹੜਾ ਇੱਕ ਪੂਰਾ ਸਾਲ ਮੈਂ ਆਊਟ ਆਫ ਟਰੈਕ ਰਹੀ ਇਹ ਮੇਰਾ ਸਭ ਤੋਂ ਵੱਡਾ ਗੈਪ ਸੀ ਮੇਰੇ ਕਰੀਅਰ ਦਾ ਉਹ ਵੀ 2001 ਸਾਲ ਪਹਿਲਾਂ ਇੱਕ ਸਾਲ ਪਹਿਲਾਂ ਤੇ ਫਿਰ ਵੀ ਮੈਨੂੰ ਲੱਗਦਾ ਕਿ ਜੇ ਸ਼ਾਇਦ ਇਹ ਚੀਜ਼ ਨਾ ਹੋਈ ਹੁੰਦੀ ਤਾਂ ਸਿਲਵਰ ਦੀ ਜਗ੍ਹਾ 골ਡ ਹੋ ਸਕਦਾ ਸੀ 골ਡ ਵੀ ਹੋ ਸਕਦਾ ਸੀ ਤੇ ਮੈਂ ਇੱਕ ਵਰਲਡ ਚੈਂਪੀਅਨਸ਼ਿਪ ਵੀ ਮਿਸ ਕੀਤਾ ਉਸ ਗੈਪ ਕਰਕੇ ਜਦੋਂ ਮੇਰਾ ਆਪਰੇਸ਼ਨ ਹੋਣਾ ਸੀ ਉਸੇ ਦਿਨ ਮੈਨੂੰ ਮੈਂ ਆਪਰੇਸ਼ਨ ਦਾ ਮਾਰਨਿੰਗ ਡਿਸਾਈਡ ਕੀਤਾ ਕਿ ਆਪਰੇਸ਼ਨ ਕਰਦੇ ਆ ਤੇ ਉਦੋਂ ਮੈਨੂੰ ਇਹ ਫੇਵਰੋ ਲੈਟਰ ਆ ਗਿਆ ਕਿ ਯੂ ਗਾਟ ਸਿਲੈਕਟਡ ਫਾਰ ਵਰਲਡ ਚੈਂਪੀਅਨਸ਼ਿਪ ਫਿਰ ਮੈਂ ਦੌੜੇ ਨਹੀਂ ਜਾ ਰਹੀ ਸੀ ਦਿਨ ਚਾਰ ਮਹੀਨੇ ਦੌੜੀ ਸੀ ਤੇ ਸੋਚਿਆ ਕਿ ਐਵੇਂ ਇੰਡੀਆ ਨੂੰ ਰਿਪਰੈਜ਼ੈਂਟ ਕਰੂੰਗੀ ਤਾਂ ਕੋਈ ਫਾਇਦਾ ਵੀ ਨਹੀਂ ਫਿਰ ਮੈਂ ਉਹ ਡ੍ਰੌਪ ਵੀ ਕੀਤਾ ਸੀ ਅੱਛਾ ਤੁਹ ਜਦੋਂ ਹੁਣ ਤੁਸੀਂ ਦੌੜਦੇ ਹੋ ਕੋਈ ਦਿੱਕਤ ਪਰੇਸ਼ਾਨੀ ਜਿੱਦਾਂ ਜਿਹੜੀਆਂ ਰੇਸਿਸ ਹੋਈਆਂ ਨੇ ਉਹਦੇ ਵਿੱਚ ਕਦੇ ਕੋਈ ਐਦਾ ਲੱਗਦਾ ਸੀ ਕਿ ਸ਼ਾਇਦ ਜਾਂ ਮਨ ਦੇ ਵਿੱਚ ਇੱਕ ਡਰ ਹੁੰਦਾ ਕਿ ਉਹ ਇੰਜਰੀ ਦੁਆਰਾ ਤੋਂ ਕਿਤੇ ਕੁਝ ਦੁਆਰਾ ਤੋਂ ਰੰਗ ਨਾ ਦਿਖਣ ਲੱਗ ਜਾਈ ਜਾਂ ਕੋਈ ਅਜਿਹੀ ਪਾਣਾ ਦਾ ਵਾਪਰ ਜੇ ਕਿ ਮੇਥੋਂ ਦੌੜੇ ਨਾ ਜਾਵੇ ਐਦਾ ਦਾ ਡਰ ਹੁੰਦਾ ਸੀ ਜਾਂ ਠੀਕ ਸੀਗਾ ਨਹੀਂ ਐਦਾ ਦਾ ਕੋਈ ਡਰ ਨਹੀਂ ਸੀ ਕਿਉਂਕਿ ਜਦੋਂ ਇੱਕ ਵਾਰ रेस ਦੇ ਟਾਈਮ ਜਾਂਦੇ ਨਾ ਟੋਟਲੀ ਬਲੈਂਕ ਕੋਈ ਇੰਜਰੀ ਨਹੀਂ ਯਾਦ ਆਉਂਦੀ ਤੇ ਸਿਰਫ ਜੋ ਦਿਖਦਾ ਉਹ ਟਾਰਗੇਟ ਦਿਖਦਾ ਹੈ ਤੇ ਮੈਨਾਂ ਵੀ ਇਹੀ ਹੋਇਆ ਕਿ ਸਿਰਫ ਟਾਰਗੇਟ ਦਿਖਿਆ ਇਹ ਚੀਜ਼ ਨਹੀਂ ਆਈ ਮੇਰੇ ਮੂਰੇ ਸ਼ੁਰੂਆਤੀ ਲਾਈਨਾਂ ਵੀ ਇਹੀ ਸੀ ਕਿ ਜੇ ਬੰਦੇ ਦਾ ਹੌਸਲਾ ਹੋਵੇ ਤਾਂ ਰਸਤਾ ਕੀ ਤੇ ਮੰਜ਼ਿਲ ਕੀ ਬਿਲਕੁਲ ਮੈਂ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਪਹਿਲੀ ਰੇਸ ਤੁਹਾਨੂੰ ਯਾਦ ਹੋਵੇ ਹਰਮਿਲਨ ਕਦੋਂ ਦੌੜੇ ਸੀਗੇ ਇਹ 6.5 ਸਾਲ ਕੀ ਸੀਗੀ ਦੇ ਫੁੱਟਬਾਲ ਟੂਰਨਾਮੈਂਟ ਦੀ ਗੱਲ ਕਰ ਰਹੇ ਆ ਮੈਂ ਤੁਹਾਨੂੰ ਉਹ ਚੀਜ਼ ਯਾਦ ਕਰਵਾਨੀ ਚਾਹ ਰਿਹਾ ਕਿਉਂਕਿ ਮੈਂ ਜ਼ਰੂਰ ਸਾਡੇ ਦਰਸ਼ਕਾਂ ਨੂੰ ਵੀ ਉਹ ਦੱਸੋ ਤੁਸੀਂ ਦੱਸਿਆ ਕਿ ਜਦੋਂ ਤੁਸੀਂ ਪ੍ਰੈਗਨੈਂਟ ਸੀਗੇ ਪਹਿਲੀ ਰੇਸ ਹਰ ਮਿਲਨ ਉਹ ਦੌੜੇ ਸੀਗੇ ਜੀ ਜੀ ਹਾਂ ਜੀ ਮੈਂ 3 ਮੰਥ ਦੀ ਪ੍ਰੈਗਨੈਂਸੀ ਸੀ ਤਾਂ ਮੇਰੀ ਜਿੱਦਾਂ ਕਿਸੇ ਨੇ ਕੰਪਲੇਨ ਕਰਤੀ ਸੀ ਕਿ ਬਿਨਾ ਟ੍ਰਾਇਲ ਕੇ ਮੈਡਮ ਆ ਗਏ ਆ ਤਾਂ ਅੱਛਾ ਤੁਸੀਂ ਜਿਹੜੇ ਬਿਜਲੀ ਬੋਰਡ 'ਚ ਮੈਂ ਵਰਤੀ ਹੋ ਗਈ ਸੀ ਜਦਕਿ ਮੈਂ ਨੈਸ਼ਨਲ ਰਿਕਾਰਡ ਕੀਤਾ ਸੀ 96 ਮੈਂ ਨੈਸ਼ਨਲ ਰਿਕਾਰਡ ਸਾਹਿਬ ਗੇਮ ਰਿਕਾਰਡ ਸੀਗਾ ਤਾਂ चलो मैं बिजली बोर्ड जो मैं भर्ती हुई था, तो किसी ने मेरी कंप्लेन करती कि भाई तो मैं थ्री मंथ की प्रैगने प्रैगनेंट किसी ने मना भी किया किसी कोच ने कि रन दो रिस्क ना लो प्रॉब्लम आ सकती है मेरे हस्बैंड भी बीच में कह ना दौड़ ना दौड़ मैं क्या पता नहीं आफ्टर बेबी ना दौड़ पाऊँ पर इन्होंने कहता ट्रायल छड पर देखी जाऊगी अच्छा हाँ फिर मैं क्या सर मैं कोई गल नहीं मैं दौड़ना तो ये अपने पोलो ग्राउंड है वो ट्रैक कई बार शूज़ में स्लिप करता पीछे को जाता ना तो मैं क्या ਤਰ ਕੋਈ ਗੱਲ ਨਹੀਂ ਮੈਂ ਕਹਾਂ ਸਪਾਈਕਸ ਪਾ ਲੈਂਦੀ ਹਾਂ ਮੈਂ ਸਪਾਈਕਸ ਪਾਏ ਤੇ ਮੈਂ 450 ਦੀ ਰੇਸ ਲਾਤੀ ਤਾਂ ਸਮਝ ਲਓ ਹਰ ਮਿਲਨ ਮੇਰੇ ਟੈਡੀ ਜੀ ਦੋ ਰਨਿੰਗ ਕਰਨ ਲੱਪੈ ਸੀ ਮਨ ਲਓ ਜਦੋਂ ਤੁਸੀਂ ਪ੍ਰੈਗਨੈਂਸੀ ਉਦੋਂ ਤਾਂ ਮੈਨੂੰ ਲੱਗਦਾ ਇਹ ਵੀ ਦੱਸ ਦਿੰਦੇ ਨੇ ਡਾਕਟਰ ਕਿ ਹੁਣ ਤੁਸੀਂ ਤੇਜ਼ ਚੱਲਣਾ ਨਹੀਂ ਹੈ ਜਾਂ ਕੋਈ ਮਤਲਬ ਕੋਈ ਰਨਿੰਗ ਨਹੀਂ ਕਰਨੀ ਜੋਗਿੰਗ ਨਹੀਂ ਕਰਨੀ ਤੇ ਤੁਸੀਂ 450 ਮੀਟਰ ਦੀ ਰੇਸ ਦੌੜੇ 1500 ਮੀਟਰ 1500 ਮੀਟਰ ਹਾਂਜੀ ᱫᱚੜᱮ ਠੀਕ ਹੈ ਆਪਾਂ ਹੋ ਸਕਦਾ ਪਰਮਾਤਮਾ ਵੱਲੋਂ ਸਪੋਰਟਸ ਕਰ ਕਰਕੇ ਸਟਰੋਂਗ ਹੋ ਗਏ ਹਾਂ ਬੇਸਿਕਲੀ ਦੇਖੋ ਪ੍ਰੋਬਲਮ ਤਾਂ ਹੁੰਦੀ ਹੈ ਡਾਕਟਰ ਤਾਂ ਮਨਾ ਕਰ ਦਿੰਦੇ ਕਈ ਵਾਰ ਕਈ ਮੈਂ ਦੇਖਿਆ ਇੰਨੇ ਕਈਆਂ ਲੇਡੀਜ਼ ਨੂੰ ਬੈਡ ਰੈਸਟ ਵੀ ਬੋਲ ਦਿੰਦੇ ਆ ਕਿ ਜਦ ਤੱਕ ਬੇਬੀ ਹੋ ਨਾ ਜਾਏ ਤਦ ਤੱਕ ਆਪ ਰੈਸਟ ਕਰੋ ਹੈਨਾ 9 ਮਨ ਤੱਕ ਲੇਕਿਨ ਚਲੋ ਪਰਮਾਤਮਾ ਵੱਲੋਂ ਮੈਂ ਇੰਨਾ ਸਟਰੋਂਗ ਬਣਾਇਆ ਕਿ ਮੈਂ ਬੇਟੀ ਕੇ ਟਾਈਮ ਮੈਂ 1500 ਮੀਟਰ ਪੂਰੀ ਕੀਤੀ ਤੋ ਪਹਿਲੀ ਦੌੜ ਤੁਸੀਂ ਮਾਤਾ ਦੇ ਜਿਹੜਾ ਕੁੱਖ ਦੇ ਵਿੱਚ ਹੀ ਉਹ ਦੌੜ ਲਈ ਸੀ ਤੇ ਹੁਣ ਮੈਡਲ ਆਣਾ ਤਾਂ ਮੈਨੂੰ ਲੱਗਦਾ ਲਾਜ਼ਮੀ ਸੀਗਾ ਕਿਉਂਕਿ ਉਹ ਸਮਾ ਦੇ ਕੁੱਖੋਂ ਤੁਸੀਂ ਜਨਮ ਲਿਆ ਜਿਨ੍ਹਾਂ ਨੇ ਸਾਡੇ ਦੇਸ਼ ਦਾ ਨਾਮ ਵਧਾਇਆ ਬਿਲਕੁਲ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ ਤੇ ਜਿਸ ਟਾਈਮ ਦੀ ਗੱਲ ਕਰ ਰਹੇ ਨੇ ਉਸ ਟਾਈਮ ਬਹੁਤ ਰੇਅਰ ਕੇਸ ਸੀ ਤੇ ਆਦੇ ਟਾਈਮ ਦੇ ਵਿੱਚ ਦੇਖਿਆ ਜਾਵੇ ਤਾਂ ਇੱਕ ਫੀਮੇਲ ਐਥਲੀਟ ਸੀ ਨੇ ਮੈਚ ਵਿੱਚ ਦਾ ਕੁਆਲੀਫਾਈ ਕੀਤਾ ਕੀਤਾ ਸੀ ਤੇ ਨਹੀਂ ਕੁਆਲੀਫਾਈਡ ਟਰਾਇਲਸ ਦੇ ਵਿੱਚ ਸੀ ਤੇ ਉਹ অলমোਸਟ 6 ਮੰਥਸ প্রেਗਨancy ਤਦ ਸੀ ਹੋ ਸਕਦਾ ਆਦੇ ਟਾਈਮ 'ਚ ਇਹ ਗੱਲ ਨਾਰਮਲ ਹੋਈ ਆ ਤੇ ਇਹ ਤਾਂ ਫਿਰ 20 ਸਾਲ ਪਹਿਲਾਂ ਦੀ ਗੱਲ ਕਰ ਰਹੇ ਆ। ਮੈਂ ਬਿਲਕੁਲ ਤੁਹਾਨੂੰ ਉਹੀ ਇਹ ਪੁੱਛਣਾ ਚਾਹੂੰਗਾ ਕਿ ਜਦੋਂ ਤੁਸੀਂ ਮੈਡਲ ਜਿੱਤੇ ਸੀ ਅੱਜ ਮੈਂ ਆਂਦੀ ਆ ਮੈਨੂੰ ਲੱਗਦਾ ਬੈਕ ਟੂ ਬੈਕ ਇੰਟਰਵਿਊਜ਼ ਹੋ ਰਹੀਆਂ ਨੇ ਗਿਆ ਸਾਰਾ ਤਾਮਜਮ ਅਸੀਂ ਵੀ ਲੈ ਕੇ ਆਏ ਆ ਤੇ ਉਦੋਂ ਤੁਹਾਡੇ ਟਾਈਮ ਕਿਸ ਤਰੀਕੇ ਦਾ ਮਾਹੌਲ ਸੀ ਜਾਂ ਉਦੋਂ ਕੀ ਫਰਕ ਕੀ ਸੀਗਾ ਹੁੰਦਾ ਜਿਹੜੇ ਪ੍ਰਾਈਜ਼ ਮਨੀ ਆ ਉਹ ਵੀ ਕਰੋੜਾਂ ਦੇ ਵਿੱਚ ਮਿਲਣ ਲੱਗੀ ਵਕਫ ਵਕ ਸਟੇਟਸ ਉਹਦੇ ਤੇ ਫੇਰ ਆਵਾਂਗੇ ਆਪਾਂ ਤੇ ਉਹ ਵੀ ਮਿਲਣ ਲੱਗੀ ਤੇ ਤੁਹਾਡੇ ਟਾਈਮ ਕੀ ਸੀਗਾ ਜੀ ਸਾਡੇ ਟਾਈਮ ਦੇਖੋ ਕੁਝ ਵੀ ਨਹੀਂ ਸੀਗਾ ਜਦੋਂ ਮੈਂ ਮੈਡ ਪત્રਕਾਰ ਜਿਹੜੇ ਹੁੰਦੇ ਸੀ ਅਖਬਾਰਾਂ ਅਖਬਾਰਾਂ ਚ ਐ ਨਾ ਉਹ ਅਸੀਂ ਉਦੋਂ ਇਹਸ਼ੀਅਨ ਗੇਮ ਮਤਲਬ ਬੁਸਾਨ ਸੀਗੇ ਉੱਥੇ ਉਥੋਂ ਮਤਲਬ ਜਦੋਂ ਮੈਂ ਫੋਨ ਕੀਤਾ ਮੈਨੂੰ ਕਿਸੇ ਪੱਤਰਕਾਰ ਨੇ ਫੋਨ ਦਿੱਤ ਨੰਬਰ ਮਤਲਬ ਆਪਣਾ ਮੋਬਾਈਲ ਦਿੱਤਾ ਕਹਿੰਦਾ ਤੁਸੀਂ ਘਰ ਫੋਨ ਕਰੋ ਮੈਂ ਕਹਾ ਉਹ ਲੈਂਡਲਾਈਨ ਹੁੰਦੇ ਸੀ ਮੋਬਾਈਲ ਕੱਟੇ ਹੁੰਦੇ ਸੀ ਨਾ ਮੈਂ ਕਹਾ ਠੀਕ ਹੈ ਸਰ ਮੈਂ ਮਤਲਬ ਫੋਨ ਆਪਣੇ ਘਰ ਚੋਂ ਕੀਤਾ ਦੱਸਿਆ ਕਿ ਬਈ ਦਾਦਾ ਕਰਕੇ ਮੇਰੀ ਰੇਸ ਸਿਲਵਰ ਆ ਤਾਂ ਮੇਰੇ ਜੇਠ ਜੀ ਨੇ ਫੋਨ ਚੱਕਿਆ ਸੀ ਕਹਿੰਦੇ ਸਾਨੂੰ ਪਤਾ ਲੱਗਿਆ ਇੱਥੇ ਤਾਂ ਸਾਰੇ ਤੁਸੀਂ ਤਾਂ ਉੱਥੇ ਬੈਠੇ ਸੀ ਤਾਂ ਇੱਥੇ ਮ제 ਲੁੱਟ ਰਹੇ ਹੋਗਾ ਕਿਉਂ ਕਹਿੰਦੇ ਸਾਰੀ ਮੀਡੀਆ ਇੱਥੇ ਆਈ ਹੈ ਜਿੰਨੀ ਮੀਡੀਆ ਹੁੰਦੀ ਸਦੋ ਪੱਤਰਕਾਰ ਵਗੈਰਾ ਸਾਰੇ ਇੱਕ ਦੋ ਚੈਨਲ ਵਾਲੇ ਕਹਿੰਦੇ ਇੱਥੇ ਮੈਂ ਕਿਹਾ ਚਲੋ ਵਧੀਆ ਗੱਲ ਹੈ ਫਿਰ ਚਲੋ ਅਸੀਂ ਆਏ ਤਾਂ 에어ਪੋਰਟ ਤੇ ਮਤਲਬ ਜੋ ਵੀ ਮੀਡੀਆ ਆਈ ਉਹਦੇ ਬਾਅਦ ਚ ਸੀ ਮਾਲਪੁਰ ਹੈ ਮਾਲਪੁਰ ਸਾਡਾ ਮਤਲਬ ਏਰੀਆ ਵਾਲੋ ਨੇ ਕਾਫੀ ਵੈਲਕਮ ਕੀਤਾ ਪਰ ਜਿੰਨਾ ਹੁਣ ਹੋਇਆ ਮਿਲਣ ਦਾ ਮੈਂ ਆਪ ਸੋਚਦੀ ਮਿਲਣ ਮੈਂ ਥੱਕ ਗਈ ਇੰਟਰਵਿਊ ਦੇ ਦੇ ਕੇ ਸਾਡੇ ਟਾਈਮ ਤੋਂ ਕੁਝ ਵੀ ਨਹੀਂ ਸੀਗਾ ਤੁਹਾਡੇ ਟਾਈਮ ਤੋਂ ਇੰਨਾ ਕੁਝ ਹੈਗਾ ਤਾਂ ਚਲੋ अच्छा हरमिलन मैं ਤੁਹਾਡੀ ਤੁਹਾਡੀ ਗੱਲਾਂ ਤੋਂ ਸਾਨੂੰ ਇਹ ਵੀ ਨਜ਼ਰ ਆਉਂਦਾ ਕਿ ਕਾਫੀ ਬੋਲਡ ਵੀ ਹੋ ਜਿਹੜੀ ਗੱਲ ਤੁਸੀਂ ਆਪਣੀ ਰੱਖਣੀ ਆ ਉਹਨੂੰ ਬੇਚੇਜ਼ਕ ਰੱਖਦੇ ਵੀ ਹੋ ਇੱਕੋ ਤੁਹਾਡੀ ਵੀਡੀਓ ਬੜੀ ਵਾਇਰਲ ਹੋਈ 에어ਪੋਰਟ ਤੇ ਜਦੋਂ ਤੁਸੀਂ ਜਿਹੜੇ ਸਾਡੇ ਖੇਡ ਮੰਤਰੀ ਮੀਥੇਰ ਰੌਣ ਨੂੰ ਕਹਿੰਦੇ ਹੋ ਹਾਲਾਂਕਿ ਤੁਸੀਂ ਤੁਹਾਡਾ ਲਹਿਜ਼ਾ ਕੁਝ ਹੋਰ ਸੀਗਾ ਕਹਿੰਦਾ ਉਹਨੂੰ ਕਈ ਲੋਕਾਂ ਨੇ ਕਿਸੇ ਹੋਰ ਤਰੀਕੇ ਨਾਲ ਵੀ ਲਿਆ ਤੁਸੀਂ ਜਦੋਂ ਕਿਹਾ ਕਿ ਹਰਿਆਣਾ ਸਰਕਾਰ ਉਹ ਜ਼ਿਆਦਾ ਦਿੰਦੀ ਹੈ ਤੇ ਪੰਜਾਬ ਸਰਕਾਰ ਘੱਟ ਦੇ ਰਹੀ ਹੈ ਗੱਲ ਐਕਚੁਅਲੀ ਇੱਦਾਂ ਸਟਾਰਟ ਹੋਈ ਸੀ ਮੈਨੂੰ ਜੋ ਟੂਰਫਾਈਨ ਦੱਸਿਆ ਸੀਗਾ ਕਿ ਮੈਂ ਕਹਿੰਦਾ ਯਾਰ ਮਿਲਨ ਕੁੜੀ ਟੌਂਟ ਮਾਰ ਗਈ ਮੈਂ ਕਿਹਾ ਅੱਛਾ ਕਿਉਂ ਮਾਰ ਗਈ ਕਹਿੰਦੇ ਕਹਿੰਦੇ ਕਿ ਉਹ ਯੂਪ ਵਾਲੀ ਕਹਿੰਦੀ ਪਾਈ ਤੁਹਾਡਾ ਗੋਲਡ ਮੇਰਾ ਬ੍ਰਾਉਂਜ਼ ਇੱਕ ਬਰਾਬਰ ਹੈ ਤੇ ਇੱਕ ਤਾਂ ਫਿਰ ਪੰਜਾਬੀਆਂ ਵਾਲੀ ਗੱਲ ਹੁੰਦੀ ਆ ਫਿਰ ਉਤੋਂ ਫੀਲ ਹੋਇਆ ਕਿ ਸੀ ਪੰਜਾਬ ਤੋਂ ਆ ਤਾਂ ਮੈਨੂੰ 에ਰਪੋਰਟ ਤੇ ਪੁੱਛਿਆ ਉੱਥੇ ਜਦੋਂ ਯੂਨੀਵਰਸਿਟੀ ਦੇ ਬਾਰੇ ਮੈਨੂੰ ਪੁੱਛਿਆ ਗਿਆ ਕਿ ਤੁਸੀਂ ਕੀ ਕਹਿਣਾ ਚਾਹੋਗੇ ਮੀਥੀਆਰ ਜੀ ਨੂੰ ਤਾਂ ਸਾਡੇ ਮੰਤਰੀ ਨੇ ਫਿਰ ਉੱਤੋਂ ਸਾਡੇ ਖੇਲ ਮੰਤਰੀ ਨੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਸਰ ਦੇਖੋ ਜੀ ਆ ਹੋਇਆ ਸਾਡੇ ਨਾਲ ਉੱਥੇ ਤੇ ਇੱਕ ਰਿਕੁਐਸਟ ਇਹ ਆ ਕਿ ਸਾਨੂੰ ਉਹਨਾਂ ਦੇ ਬਰਾਬਰ ਖੜਾ ਕੀਤਾ ਜਾਵੇ ਤੇ ਨਾ ਸਾਡੇ ਨਾਲ ਇਹ ਗੱਲਾਂ ਉਠਣ ਕਿਉਂਕਿ ਆਪਣੀ ਸਟੇਟ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਤੋਂ ਮੈਂ ਕਰ ਗਈ ਉੱਥੇ ਤੱਕ ਤੁਸੀਂ ਆਦੇ ਟਾਈਮ ਦੇਖਿਆ ਕਿ ਜਿੰਨੇ 6 ਕਰੋਨੇ ਬੱਚੇ ਉਹ ਏਸ਼ੀਅਨ ਗੇਮਸ ਗਏ ਸੀ ਕੋਈ ਪੂਰ ਕਰਦਾ ਬੱਚਾ ਨਹੀਂ ਗਿਆ ਤਾਂ ਕਿਤਨੇ ਕਿਤੇ ਕਿ ਅਸੀਂ ਇਸ ਚੀਜ਼ ਤੋਂ ਮਾਰ ਖਾ ਰਹੇ ਆ ਅਸੀਂ ਦੋ ਜਣੇ ਗਏ ਸੀ ਮੈਡਲ ਲੈ ਕੇ ਆਏ ਆ ਜਾਂ ਚਾਰ ਜਣੇ ਜਾਂਦੇ ਚਾਰ ਜਣੇ ਮੈਡਲ ਲੈ ਕੇ ਆਣੇ ਸੀ ਤੇ ਇੱਕ ਲੈ ਜਾ ਸੀ ਕਹਿਣ ਦਾ ਕਿ ਸਰ ਇੱਕ ਰਿਕੁਐਸਟ ਹੈ ਆ ਤੁਹਾਡੇ ਤੋਂ ਜੇ ਤੁਸੀਂ ਸਾਨੂੰ ਉਹਨਾਂ ਦੇ ਬਰਾਬਰ ਖੜਾ ਕਰ ਦਿੱਤਾ ਬਹੁਤ ਜ਼ਿਆਦਾ ਤੁਹਾਡਾ ਧੰਨਵਾਦ ਹੋਏਗਾ ਅਸੀਂ ਇੱਥੋਂ ਵੀ ਕਿਉਂ ਪਿੱਛੇ ਰਹੀਏ ਜਦੋਂ ਖੇਡਾਂ 'ਚ ਨਹੀਂ ਪਿੱਛੇ ਰਹੇ ਬਿਲਕੁਲ ਹਰਮਨਲ ਮੈਂ ਤੁਹਾਡੀ ਇੱਕ ਚੀਜ਼ ਨੋਟ ਕਰਦਾ ਜਿਹੜੀ ਬਾਕੀ ਖਿਡਾਰੀਆਂ ਦੇ ਵਿੱਚ ਸ਼ਾਇਦ ਘੱਟ ਹੁੰਦੀ ਹੈ ਤੁਸੀਂ ਬੋਲਦੇ ਬੜਾ ਅੱਛਾ ਹੋ ਬੜੇ ਵਰੀਆ ਤਰੀਕੇ ਨਾਲ ਵੀ ਬੋਲਦੇ ਹੋ ਤੇ ਕਿਉਂਕਿ ਜਿਹੜੇ ਸਪੋਰਟਸ ਪਰਸਨ ਹੁੰਦੇ ਨੇ ਜਿੰਨਿਆਂ ਨੂੰ ਮੈਂ ਮਿਲਿਆ ਜਾਂ ਜਿਨ੍ਹਾਂ ਦੇ ਇਸ ਵਾਰ ਮੈਡਲ ਆਏ ਨੇ ਉਹਨਾਂ ਦੇ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਉਹ ਸਾਰੇ ਘੱਟ ਬੋਲਦੇ ਨੇ ਪਰ ਤੁਸੀਂ ਬੋਲਣ ਦੇ ਵਿੱਚ ਕਾਫੀ ਅੱਛੇ ਹੋ ਮੈਨੂੰ ਲੱਗਦਾ ਕਿ ਸਾਡੇ ਵਾਲਾ profession ਵੀ ਤੁਹਾਨੂੰ ਸੂਟ ਕਰ ਸਕਦਾ ਹੈ ਮੈਂ ਇਦਾਂ ਦੀ ਗੱਲ ਨਹੀਂ ਮੇਰੇ ਬੌਸ ਕੁਝ ਬਹੁਤ ਹੀ ਕੁਝ ਸੋਚਿਆ ਚਲੋ ਕੀ ਕੋਸ਼ਿਸ਼ ਕਰ ਲਈ ਜੇ ਚਲੋ ਐਥਲੀਟ ਨਾ ਬੰਦੇ ਤਾਂ ਕੀ ਕੁਝ ਹੁੰਦਾ ਪਹਿਲਾ ਤਾਂ ਇਹ ਤੁਹਾਨੂੰ ਮੈਂ ਦਾਦੀ ਮੇਰੇ ਨਾਲ ਗੱਲਾਂ ਕਰਦੇ ਹੁੰਦੇ ਸੀਗੇ ਸਪੇਸ ਮਤਲਬ ਆਪਾਂ ਰਾਤ ਨੂੰ ਪੰਜਾਬੀ ਸਾਰੇ ਦੇਖਦੇ ਨਾ ਕਹਿੰਦੇ ਇੱਥੇ ਵੀ ਇੱਥੇ ਵੀ ਤੈਨੂੰ ਪਤਾ ਜਾਂਦੇ ਨੇ ਲੋਕ ਤਾਂ ਫਿਰ ਮੇਰਾ ਬੜਾ ਇੰਟਰਸਟ ਹੋਇਆ ਸੀ ਵੀ ਸਪੇਸ ਤੇ ਸਪੇਸ ਏਜੰਸੀ ਦੇ ਵਿੱਚ ਉਹ ਕਹਿੰਦੇ ਮਹਿੰਗਾ ਬਹੁਤ ਹੈ ਕਰਦੇ ਨੇ ਕਿਹਾ ਹਾਂ ਅਸੀਂ ਨਾ ਕਰਾ ਸਕਦੇ ਨਾ ਸਾਡੇ ਨੂੰ ਇਸ ਚੀਜ਼ ਬਾਰੇ ਨੌਲੇਜ ਹੈ ਅਸੀਂ ਜੋ ਕਰਾ ਸਕਦੇ ਹੋ ਇਹ ਚੀਜ਼ ਹੈ ਫਿਰ ਮੋਡਲਿੰਗ ਦੀ ਕਿਹਾ ਪਾਪਾ ਨੇ ਸਾਫ ਮਨਾ ਕਰਤਾ ਪਰ ਉਹ ਮੇਰਾ ਸਾਈਡ اچھا ਮੋਡਲਿੰਗ ਦਾ ਵੀ ਹੈਗਾ ਤੁਹਾਨੂੰ ਬਿਲਕੁਲ ਤੁਸੀਂ ਕਰ ਵੀ ਰਹੇ ਹੋ ਉਹ ਸਾਈਡ ਬਾਈ ਚੱਲ ਰਿਹਾ ਹੈ ਅੱਛਾ ਬਿਲਕੁਲ ਚੱਲ ਰਿਹਾ ਪਰ ਇਨ ਗੇਮ ਦੇ ਵਿੱਚ ਗੇਮ ਕਰਕੇ ਅਸੀਂ ਇੰਨਾ ਉਹਦੇ ਵਿੱਚ ਨਹੀਂ ਜਾ ਰਹੇ ਆਫਟਰ ਥੈਟ ਇੱਕ ਹੀ ਫੀਲਡ ਹੈ ਜਿਹਦੇ ਵਿੱਚ ਜਾ ਪਾਵਾਂਗੀ ਉੱਥੇ ਵਾਕਿੰਗ ਕਰਨ ਦੀ ਹੋਵੇ ਇਹ ਵੀ ਹੋ ਸਕਦਾ ਹੈ ਕਿ ਦੋਨੋਂ ਪ੍ਰੋਫੈਸ਼ਨ ਇੱਕ ਪਾਸੇ ਦੌੜਨਾ ਤੇ ਇੱਕ ਪਾਸੇ ਵਾਕਿੰਗ ਕਰਨੀ ਥੋੜੀ ਉਸਨੇ ਕੀਤਾ ਹੈ ਮਤਲਬ ਲੈਂਗੇ ਲੂਗੇ ਬੜੇ ਵਧੀਆ ਮਤਲਬ ਚੈਨਲ ਮੋਡਲਿੰਗ ਕੀਤੀ ਹੈ ਮੈਂ ਇੰਸਟਾਗ੍ਰam 'ਤੇ ਦੀ ਫੋਟੋ ਦੇਖੀ ਮੈਂ ਚਲੋ ਜ਼ਰੂਰ ਸਾਡੇ ਨਾਲ ਵੀ ਸਾਂਝੀ ਕਰਿਓ ਮੈਨੂੰ ਦੱਸ ਕੇ ਨਹੀਂ ਜਾਂਦੇ ਨਾ ਜੇ راست ਗਈ ਫੇਰ ਨਾ ਨਹੀਂ ਅੱਛਾ ਤੁਸੀਂ ਕੰਪਲੀ ਫਿਰ ਅ ਤਾਂਡੇ ਵਾਲਾ ਪ੍ਰੋਫੈਸ਼ਨ ਵੀ ਠੀਕ ਐ ਸੋਚਿਆ ਸੀ ਸੋਚਿਆ ਸੀ ਇਹ ਵੀ ਸੋਚਿਆ ਸੀਗਾ ਹੋਰ ਮਤਲਬ ਕਾਉਂਸਲਿੰਗ ਠੀਕ ਐ ਅਸੀਂ ਅਗਲੇ ਬੰਦੇ ਨੂੰ ਕਰ ਸਕਦੇ ਹਾਂ ਕਿਰਿਓਸਿਟੀ ਹੈਗੀ ਐ ਤੁਹਾਨੂੰ ਸਵਾਲ ਪੁੱਛਣ ਦੀ ਮੈਂ ਗੱਲਾਂ ਕਰਕੇ ਪਤਾ ਲੱਗਦਾ ਮੈਂ ਹੁਣ ਅਨਮੋਲ ਕੁਤਰ ਜੀ ਨਾਲ ਸੀਗਾ ਮੇਰਾ ਉਹਨਾਂ ਨੂੰ ਵੀ ਕੁਐਸਚਨਿੰਗ ਕਰਕੇ ਆਈਆਂ ਫਿਰ ਹੋਰ ਕਾਫੀ ਲੋਕਾਂ ਨਾਲ ਰਿਹਾ ਮੈਨੂੰ ਕਿ ਤੁਸੀਂ ਐਚਆਈ ਫੀਲਡ ਦੇ ਵਿੱਚ ਕਈ ਕਈ ਨੇ ਮੈਨੂੰ ਦੱਸਿਆ ਕਿ ਮੈਂ ਸਪੋਰਟਸ ਕਰਦਾ ਸੀ ਹੁਣ ਨਵਨੀਤ ਗਿੱਲ ਨੇ ਪ੍ਰੈਸ ਰਿਪੋਰਟਰ ਜਿਨ੍ਹਾਂ ਦੇ ਨਾਲ ਆਪਾਂ ਕੀਤਾ ਸੀਗਾ ਗਿੱਲ ਹਾਂ ਜੀ ਨਵਦੀਪ ਗਿੱਲ ਜੀ ਨੂੰ ਉਹਨਾਂ ਨੇ ਵੀ ਮੈਂ ਕੁਐਸਚਨ ਕੀਤਾ ਤੁਸੀਂ ਇੰਨਾ ਤੁਹਾਡਾ ਸਪੋਰਟਸ ਦੇ ਵਿੱਚ ਇੰਟਰਸਟ ਹੈ ਤੁਸੀਂ ਕੀਤੀ ਕਿਉਂ ਨਹੀਂ ਫਿਰ ਉਹਨਾਂ ਦਾ ਵੀ ਮੈਂ ਪ੍ਰੋਪਰ ਰਿਸਰਚ ਕੀਤੀ ਉਹਨਾਂ ਤੇ ਇੱਕ ਤੋਂ ਮਤਲਬ ਇੰਟਰਵਿਊ ਲੈਣ ਆਏ ਤਾਂ ਤੁਸੀਂ ਆਪ ਇੰਟਰਵਿਊ ਸ਼ੁਰੂ ਕਰ ਦਿੰਦੇ ਹੋ ਇਹ ਚੀਜ਼ ਕਿ ਦੀ ਨਹੀਂ ਕਿਉਂਕਿ ਅਗਰ ਇੱਕ ਗੱਲ ਹੈ ਦਿਲ ਦੇ ਵਿੱਚ ਉਹ ਰਹਿ ਜੇ ਫਿਰ ਨੀਂਦ ਨਹੀਂ ਆਉਂਦੀ। ਸਭ ਤੋਂ ਪੱਤਰਕਾਰ ਦੀ ਸਭ ਤੋਂ ਵੱਡੀ ਖੂਬੀ ਤੇ ਜਿਹੜੀ ਉਸ ਨੂੰ ਪੱਤਰਕਾਰ ਬਣਾਉਂਦੀ ਹੈ ਮੈਨੂੰ ਲੱਗਦਾ ਹੈ ਕਿ ਕਿਉਰਿਓਸਿਟੀ ਤੇ ਉਹਦਾ ਜਿਹੜਾ ਬੋਲਡਪਣ ਇਹ ਕਹਿ ਸਕਦੇ ਹਾਂ ਬੇਬਾਕੀ ਉਹ ਦੋਨੇ ਚੀਜ਼ਾਂ ਤੁਹਾਡੇ ਦੇ ਅੰਦਰ ਹੈਗੀਆਂ ਨੇ। اچھا ਫਿਰ ਦੇਖਦੇ ਹਾਂ। ਚਲੋ ਠੀਕ ਹੈ। ਬਾਕੀ ਹੋਰ ਵੀ ਨਹੀਂ ਲਾਈਕ ਮੈਂ ਇਸ ਗੱਲ ਤੇ ਆ ਗਈ ਤਾਂ ਮੈਂ ਬਹੁਤ ਕੁਝ ਆਪ ਹੀ ਇੰਟਰਨੈਟ ਦੇ ਉੱਤੇ ਰਿਸਰਚ ਜਾਂ ਫਿਰ ਇਹ ਚੀਜ਼ ਨੂੰ ਫਾਲੋ ਅਪ ਕਰਦੇ ਰਹਿਣੀ ਆ। ਕਿਤਨੇ ਕਿਤੇ ਇੱਕ ਕ੍ਰਾਇਓਸਟੀ ਉੱਥੋਂ ਵੀ ਕ੍ਰੀਏਟ ਹੁੰਦੀ ਹੈ ਬਿਲਕੁਲ ਤਾਂ ਇਸ ਚੀਜ਼ਾਂ ਦੇ ਉੱਤੇ ਵੀ ਥੋੜਾ ਇੰਟਰਨੈਟ ਦੇ ਉੱਤੇ ਯੂਜ਼ ਟੂ ਹੋਣਾ ਮਤਲਬ ਮੈਂ ਕਾਫੀ ਕੁਝ ਹੀ ਕਰਦੀ ਰਹੀ ਨੀ ਮੰਮੀ ਨੂੰ ਪਤਾ ਇਸ ਚੀਜ਼ ਬਾਰੇ ਕੋਈ ਦੀ ਕੋਸ਼ਿਸ਼ ਨਵੀਂ ਚੀਜ਼ ਕੱਢ ਲਈ ਕਦੀ ਕੋਸ਼ਿਸ਼ ਕਰ ਲਈ ਇਹ ਵੀ ਕਹਿੰਦੇ ਨੇ ਕੀ ਕੀ ਕਰਦੀ ਰਹੀ ਤੂੰ ਅੱਛਾ ਹਰਮਿਲਨ ਕਈ ਵਾਰ ਜਦੋਂ ਖਡਾਰੀ ਖੇਡਦਾ ਹੈ ਕਿਉਂਕਿ ਜਦੋਂ ਕੰਪੀਟੀਸ਼ਨ ਹੁੰਦੇ ਨੇ ਕਈ ਵਾਰ ਅਚੀਵ ਨਹੀਂ ਕਰ ਪਾਂਦਾ ਉਹ ਗੋਲ ਜਿਹੜੇ ਬੰਦੇ ਨੇ ਮਿੱਥੇ ਹੁੰਦੇ ਨੇਗੇ ਮੈਨੂੰ ਲੱਗਦਾ ਹੈ ਕਿ ਜਿਹੜਾ ਮਾਇੂਸ ਵੀ ਕਦੇ-ਕਦੇ ਹੋ ਜਾਂਦੇ ਹੋਗੇ ਪਰ ਉਸ ਮਾਇੂਸੀ ਤੋਂ ਨਿਕਲਣ ਦੇ ਲਈ ਆਪਣੇ ਆਪ ਨੂੰ ਦੁਬਾਰਾ ਤੋਂ ਫੇਰ ਮੋਟੀਵੇਟ ਰਹਿਣ ਦੇ ਲਈ ਰੱਖਣ ਦੇ ਲਈ ਕੀ ਕਰਦੇ ਹੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਨਾ ਆਪਣੇ ਜਿਹੜੀ ਆਪਰੇਸ਼ਨ ਤੋਂ ਬਾਅਦ ਦੀ ਗੱਲ ਦੱਸਾਂ ਤਾਂ ਮੈਂ ਫੈਡਰੇਸ਼ਨ ਕੱਪ ਡ੍ਰੌਪ ਕੀਤਾ ਸੀ ਇੱਕ ਇਸ ਚੀਜ਼ ਤੋਂ ਅਗਰ ਕੋਈ ਅੱਛਾ ਸਪੋਰਟਸਮੈਨ ਨਾ ਉਹ ਮਾਇੂਸ ਹੋਏਗਾ ਨਹੀਂ ਉਹ ਨੂੰ ਡੀਲ ਕਰਨਾ ਸਿੱਖ ਲੇਗਾ ਅੱਛਾ ਮੈਂ ਇੰਟਰ ਯੂਨੀਵਰਸਿਟੀ ਪਾਰਟਿਸਪੇਟ ਕੀਤਾ ਸੀ ਇੱਥੇ ਮੈਨੂੰ ਪਤਾ ਸੀਗਾ ਕਿ ਆਪਰੇਸ਼ਨ ਤੋਂ ਬਾਅਦ 3 ਮਹੀਨੇ ਬਾਅਦ ਕਰ ਰਹੀ ਸੀ ਇੱਥੇ ਮੈਂ ਐਨੇ ਵਾਲੀ ਰੇਸ ਲਗਾ ਦੂੰਗੀ ਮੇਰੀ ਪੀਕ ਹੈ ਤੇ ਮੈਂ ਫਰਸਟ ਆ ਜਾਊਂਗੀ ਫੈਡਰੇਸ਼ਨ ਕੱਪ ਡ੍ਰੌਪ ਕੀਤਾ ਸੀ ਕਿ ਮੈਨੂੰ ਪਤਾ ਸੀ ਮੈਂ ਇੱਥੇ ਅੱਛੀ ਰੇਸ ਨਹੀਂ ਲਗਾ ਪਾਉਂਗੀ ਅੱਛੀ ਕੁੜੀਆਂ ਨੇ ਤੇ ਮੈਂ ਆਪਰੇਸ਼ਨ ਤੋਂ ਬਾਅਦ ਆਈ ਆ ਤੇ ਮੈਂ ਇਸ ਚੀਜ਼ 'ਚ ਨਹੀਂ ਆ ਪਾਉਂਗੀ ਇਹ ਟਾਈਮ ਇਦਾਂ ਦਾ ਆਇਆ ਮੇਰੇ ਲਈ ਕਿ ਮੈਂ ਹਾਰਨਾ ਡਿਜ਼ਰਵ ਨਹੀਂ ਜਾਂ ਫਿਰ ਟੋਲਰੇਟ ਨਹੀਂ ਕਰ ਪਾਉਂਗੀ ਕਿਉਂਕਿ ਮੇਰਾ ਅਪਕਮਿੰਗ ਏਸ਼ੀਅਨ ਗੇਮ ਹੈ ਤੇ ਅਗਲਾ ਏਸ਼ੀਅਨ ਗੇਮ 4 ਸਾਲਾਂ ਬਾਅਦ ਆਣਾ ਬਿਲਕੁਲ ਤੇ ਇੱਕ ਸਮਾਰਟ ਮੂਵ ਸੀ ਫੈਡਰੇਸ਼ਨ ਕੱਪ ਡ੍ਰੌਪ ਕਰਕੇ اپنی کمپنی ਨਾਲ ਗੱਲ ਕਰਕੇ ਜੋ ਮੇਰੇ ਸਪான்ਸਰਸ ਨੇ sports ki rate management medal hunt ਕਿ ਮੈਨੂੰ ਬਾਹਰ ਟੂਰਨਾਮੈਂਟਸ ਲਈ ਭੇਜਿਆ ਜਾਵੇ ਜਿੱਥੇ ਮੇਰੇ ਲਈ ਇੱਕ ਵਾਰ ਹਾਰ ਜਿੱਤ ਮੈਟਰ ਨਹੀਂ ਕਰੇਗੀ ਬਿਲਕੁਲ ਪਰ ਮੈਨੂੰ ਚਾਂਸ ਮਿਲਦਾ ਰਹੂਗਾ ਮੈਨੂੰ ਆਪਣਾ ਸਟਰੈਂਥ ਪਤਾ ਚਲਦੀ ਰਹੂਗੀ ਬਿਲਕੁਲ ਤੇ ਉਹਦੇ ਵਿੱਚ ਮੈਂ ਪਾਰਟਿਸਪੇਟ ਕੀਤਾ ਫਿਰ ਮੈਨੂੰ ਲੱਗਾ ਕਿ ਹੁਣ ਜਿਹੜੇ ਇਸ਼ਰੀਆ ਨੇ ਟ੍ਰਾਲਾ ਮੈਂ ਉਹਨਾਂ ਲਈ ਪ੍ਰਪੇਅਰ ਆ ਫਿਰ ਮੈਂ ਉਹਦੇ ਲਈ ਵਾਪਿਸ ਆਈ ਸੀ ਇੰਡੀਆ ਸੈਕੰਡ ਆਈ ਸੀ ਦੋਨਾਂ ਦੇ ਵਿੱਚ ਪ੍ਰੀਕਵالیਫਾਈ ਕੀਤਾ ਸੀ ਕਿਉਂਕਿ ਬਿਕਾਸ ਆਫ ਆਪਰੇਸ਼ਨ ਮੈਂ ਸਪੀਡ ਵਰਕ ਨਹੀਂ ਕਰ ਸਕਦੀ ਸੀ ਜੇ ਕਰਦੀ ਵੀ ਤੇ ਕਿਤੇ ਨਾ ਕਿਤੇ ਆਪ ਨੂੰ ਰਿਸਕ ਰਹਿਣਾ ਸੀ ਨੀ ਦਾ ਤਾਂ ਜੋ ਮੇਰੇ ਕੋਚ ਦਾ ਟਾਰਗੇਟ ਵੀ ਸੀ ਇਹ ਹੀ ਸੀਗਾ ਕਿ ਅਸੀਂ ਸਿਰਫ ਇਹਨੂੰ ਕੁਆਲੀਫਾਈ ਕਰਾਂਗੇ ਤੇ ਉਹੀ ਕੀਤਾ ਤੇ ਇੱਕ ਕੌਨਫੀਡੈਂਸ ਨਾ ਆਈ ਸੀ ਕਿ ਕੁਆਲੀਫਾਈ ਦੋਨਾਂ ਚ ਕਰੂੰਗੀ ਫਿਰ ਜਦੋਂ ਮੈਂ ਏਸ਼ੀਅਨ ਗੇਮ ਲਈ ਗਈ ਸੀ ਤਾਂ ਮੈਂ ਐਨਾ ਆਪਣੇ ਲਾਈਫ ਮਤਲਬ ਆਪਰੇਸ਼ਨ ਤੋਂ ਬਾਅਦ ਪਹਿਲਾ ਸਪੀਡ ਸੈਸ਼ਨ ਸੀ ਤੇ ਮੈਂ ਜੋ ਸਪੀਡ ਕੀਤਾ ਸਾਰੇ ਰੈਪੀਟੀਸ਼ਨਸ ਇੰਪਰੂਵ ਹੋ ਗਏ 5-5 ਸੈਕਿੰਡ ਇੰਪਰੂਵ ਹੋ ਗਏ ਤੇ ਮੈਂ ਕੌਨਫੀਡੈਂਸ ਸੀ ਕਿ ਮੈਡਲ ਪੱਕਾ ਆ ਪੁਆਇੰਟ ਸੀ ਕਿਡਾ ਬਿਲਕੁਲ ਤਾਂ ਇੱਕ ਐਥਲੀਟ ਅੱਛਾ ਐਥਲੀਟ ਸਮਾਰਟ ਮੂਵ ਲੈਣਾ ਸਿੱਖ ਜੇਗਾ ਕਿ ਮਾਇੂਸ ਆਪਣੇ ਆਪ ਨੂੰ ਕਰੇਗਾ ਜਾਂ ਨਹੀਂ ਕਰੇਗਾ ਇਹ 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 ਹੀ ਸਪੋਰਟਸਮੈਨ ਦੀ ਖਾਸੀਅਤ ਹੁੰਦੀ ਹੈ ਮੈਨੂੰ ਲੱਗਦਾ ਬਿਲਕੁਲ ਇੱਕ ਇਹ ਖਾਸੀਅਤ ਹੁੰਦੀ ਫਿਰ ਉਸ ਵਿੱਚ ਫਾਈਟਿੰਗ ਸਪੀਰਟ ਆ ਜਾਂਦੀ ਹੈ ਹਾਰ ਦਾ ਹਰ ਕੋਈ ਪਰ ਦਿੱਤਣਾ ਕਿਦਾਂ ਉਸ ਤੋਂ ਜਾਂ ਫਿਰ ਹਾਰਨਾ ਕਿਦਾਂ ਨਹੀਂ ਹੈ ਇਹ ਇੱਕ ਬਹੁਤ ਵੱਡੀ ਜਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਸਾਥ ਕਿਸ ਦਾ ਮਿਲਿਆ ਜਦੋਂ ਕਦੇ ਓਖੇ ਪਲ ਆਏ ਜਾਂ ਓਖੀਆਂ ਘੜੀਆਂ ਆਈਆਂ ਤਾਂ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਸਾਥ ਕਿਸ ਨੇ ਦਿੱਤਾ ਬਹੁਤ ਔਖਾ ਕੁਐਸਚਨ ਪੁੱਛ ਲਿਆ ਤੁਸੀਂ ਹਰ ਕਿਸੇ ਦਾ ਅਲੱਗ ਹੀ ਰੋਲ ਰਿਹਾ ਮੇਰੇ ਲਾਈਫ ਦੇ ਵਿੱਚ ਅਗਰ ਪੇਰੈਂਟਸ ਹੀ ਗੱਲ ਕੀਤੀ ਜਾਵੇ ਤਾਂ ਸਪੋਰਟਸ ਵੱਲੋਂ ਇਹਨਾਂ ਨੇ ਕਮੀ ਨਹੀਂ ਆਨ ਦਿੱਤੀ ਜੋ ਕਰਨਾ ਹੈ ਓਕੇ ਤੇ ਅਗਰ ਫਿਰ ਮੈਂ ਬੈਕ ਟੂ ਟਰੈਕ ਦੀ ਆਵਾਂ ਕਿ ਮੈਂ ਟਰੈਕ ਤੇ ਵਾਪਸ ਕਿੱਦਾਂ ਆ ਗਈ ਉੱਥੇ ਮੇਰਾ ਸਭ ਤੋਂ ਵੱਡਾ ਰੋਲ ਮੇਰੇ ਸਪਾਂਸਰ ਦਾ ਫਿਰ ਜੋ ਮੈਨੂੰ ਮੋਟੀਵੇਟ ਕੀਤਾ ਉਹ ਮੇਰੀ ਟੀਮ ਨੇ ਕੀਤਾ ਜਿਹੜਾ ਮੇਰਾ ਗਰੁੱਪ ਆ ਉਹਨਾਂ ਨੇ ਨਹੀਂ ਮੇਰੀ ਪਿੱਠ ਲੱਗਣ ਦਿੱਤੀ ਤਾਪੀ ਦੇ ਕੇ ਰੱਖੀ ਆ ਹਲਾ ਸ਼ੀਰੀ ਦੇ ਕੇ ਰੱਖੀ ਆ ਤਾਂ ਹਰ ਇੱਕ ਸਟੇਜ ਤੇ ਹਰ ਕਿਸੇ ਨੇ ਬਹੁਤ ਅੱਛੇ ਤਰੀਕੇ ਨਾਲ ਮੇਰਾ ਸਾਥ ਦਿੱਤਾ ਤੇ ਜਿਹੜੇ ਸਾਥ ਸੀਗੇ ਉਹ ਮੇਰੇ ਸਾਥ ਹੈਗੇ ਵੀ ਨੇ ਤਾਂ ਮੈਨੂੰ ਉਹਦੀ ਬਹੁਤ ਖੁਸ਼ੀ ਆ ਬਿਲਕੁਲ ਤੁਹਾਡਾ ਮੈਡਲ ਆਈ ਨੂੰ ਸਮਾਂ ਹੋ ਗਿਆ ਸੀ ਪਹਿਲਾਂ ਹਰਮਿਲਨ ਹੋਰਾਂ ਨੂੰ ਕਹਿੰਦੇ ਹੋਣਗੇ ਕਿ ਮਾਦਰੀ ਦੀ ਬੇਟੀ ਜਾ ਰਹੀ ਹੈ ਤੇ ਹੁਣ ਹਰਮਿਲਨ ਦੀ ਮਾਂ ਹੋ ਗਈ ਜੀ 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 ਮੈਂ ਹੁਣ ਕਈ ਵਾਰ ਮਤਲਬ ਗਰਾਊਂਡ ਜਾਂਦੇ ਨਾ ਬੈਠੇ ਹੁੰਦੇ ਜਾਂ ਵਾਕ ਕਰਦੇ ਆ ਤਾ ਪਹਿਲੇ ਜਿੱਦਾਂ ਕਹਿੰਦੇ ਸੀ ਮਾਦਰੀ ਦੀ ਬੇਟੀ ਦੌੜਦੀ ਐ ਪਤਾ ਪਾਦਰੀ ਦੀ ਬੇਟੀ ਨੈਸ਼ਨਲ ਗੇਮ ਜਾਣਾ ਕਿਤੇ ਵੀ ਜਾਣਾ ਸਾਰੇ ਨੇ ਕਹਿੰਨੇ ਮਾਦਰੀ ਦੀ ਕੁੜੀ ਹੈਗੀ ਹੁਣ ਪਿੱਛੇ ਇੱਕ ਟੂਰਨਾਮੈਂਟ ਹੋਇਆ ਉੱਥੇ ਇੱਕ ਮੁੰਡਾ ਮਤਲਬ ਕਹਿੰਦੇ ਬੜੇ ਅਮੀਰ ਘਰ ਕੀ ਕੁੜੀ ਦੌੜਦੀ ਐ ਕਿਹੜੀ ਹੈਗੀ ਐ ਤਾ ਉਹ ਪਿੱਛੇ ਮੇਰੇ ਹਸਬੰਡ ਵੀ ਬੈਠੇ ਸੀ ਪਿੱਛੇ ਟੂਰਨਾਮੈਂਟ ਕਿੱਥੇ ਹੋਇਆ ਸੀ ਜਦੋਂ ਨੈਸ਼ਨਲ ਕਾਰਡ ਕੀਤਾ ਸੀ ਬਰਾਂਗ ਉੱਥੇ ਮੁੰਡਾ ਕਹਿੰਦਾ ਬੜੇ ਅਮੀਰ ਘਰ ਕੀ ਕੁੜੀ ਹੈਗੀ ਜਿਹੜੀ ਦੌੜਦੀ ਐ ਕਹਿੰਦੇ ਇਹ ਇੱਕ ਬੰਦਾ ਕਹਿੰਦਾ ਇਹ ਮਾਦਰੀ ਦੀ ਕੁੜੀ ਹੈਗੀ ਹੇ ਮਾਦਰੀ ਦੀ ਕੁੜੀ ਇਹੋ ਮਿਲ ਮਿਲਣਾ ਚੇ ਕਦੇ ਮੈਂ ਗੱਲ ਕਰੂੰਗਾ ਮਾਦਰੀ ਨਾਲ ਫਿਰ ਮੇਰਾ ਹਸਬੰਦ ਪਿੱਛੇ ਵੜਿਆ ਸੀ ਫਿਰ ਉਹਨਾਂ ਨੇ ਕਿਹਾ ਕਿ ਨੰਬਰ ਮੈਂ ਤੇਰੀ ਗੱਲ ਕਰਾਂਦਾ ਕਿ ਤੁਸੀਂ ਕਹਿੰਦੇ ਮੈਂ ਮਿਲਣਦਾ ਪਾਪਾ ਹੈ ਤਾਂ ਚਲੋ ਮਤਲਬ ਜਿੱਦਾਂ ਮਿਲਣ ਨੇ ਕਿਹਾ ਇਹਦੇ ਗਰੁੱਪ ਦੇ ਛੋਟੇ ਛੋਟੇ ਬੱਚੇ ਇਹਦੇ ਨਾਲ ਦੇ ਉਹਨਾਂ ਨੇ ਕਾਫੀ ਇਹਦੇ ਨਾਲ ਸਪੋਰਟ ਕੀਤੀ ਜਿੱਦਾਂ ਮਤਲਬ ਇਹਦੇ ਇੰਜਰੀ ਆਈ ਸੀ ਤਾਂ ਡਿਪਰੈਸਡ ਹੋ ਗਈ थी ਕਾਫੀ ਇਹ ਮਤਲਬ ਇਹ ਤਾਂ ਸੁਸਾਇਸਾਈਡ ਕਰਨ ਨੂੰ ਵੀ ਸੋਚ ਲਈ थी ਪਰ ਮੈਂ ਕਹਾਂ ਨਹੀਂ ਪੁੱਤ ਆਪਾਂ ਖੜਨਾ ਹੈ ਦੁਬਾਰਾ ਈਵਨ ਸਾਰੇ ਜਿੰਨੇ ਥੋੜਾ ਬਹੁਤ ਮਾੜੇ ਮੋٹے ਜੋ ਕੋਚ ਇੱਕ ਇੱਕ ਥੋੜੇ ਦਿਨ ਇੱਕ ਦੋ ਮਹੀਨਾ ਜੋ ਵੀ ਟ੍ਰੇਨਿੰਗ ਕਰਾਇਆ ਉਹਨਾਂ ਨੇ ਸਾਰੇ ਨੇ ਹੱਥ ਖੜੇ ਕਰ ਲਏ ਕਿ ਇਹ ਦੁਬਾਰਾ ਨਹੀਂ ਕਰ ਸਕਦੀ ਹੈ ਅੱਗੇ ਵੀ ਕਈਓ ਕੋਚੋ ਨੇ ਕਿਹਾ ਕਿ ਨਹੀਂ ਕਰ ਸਕਦੀ ਮੈਂ ਕਹਾ ਮਿਲਨ ਡਾਕਟਰੋ ਨੇ ਵੀ ਕਹਿਤਾ ਸੀ ਤਾਂ ਮੈਂ ਕਹਾ ਮਿਲਨ ਕਿਸੇ ਨਾ ਕੋਚ ਕੇ ਕਹਿਣ ਤੇ ਕੁਝ ਹੋਗਾ ਨਾ ਡਾਕਟਰ ਕੇ ਪਰਮਾਤਮਾ ਚਾਹੂਗਾ ਤਾਂ ਸਭ ਕੁਝ ਹੋਗਾ ਤਾਂ ਇਹਨੇ ਮਤਲਬ ਹੌਸਲਾ ਨਹੀਂ ਛੱਡਿਆ ਇਹ ਕਹ ਲਗੀ ਬਹੁਤ ਸਟਰੋਂਗ ਰਹੀ ਸਾਰਾ ਮਤਲਬ ਬਟ ਇਹਨੇ ਉਹ ਕਰਕੇ ਦਿਖਾਇਆ ਜਿੰਨ ਕੋਚਾ ਨੇ ਕਿਹਾ ਸੀ ਸਾਥ ਛੜਤਾ ਸੀ ਕੋਚਾ ਨੇ ਕਿ ਬਈ ਇਹ ਬੈੱਡ ਤੇ ਬੈਠੀ ਕਿਸੇ ਨੇ ਖਬਰ ਵੀ ਨਹੀਂ ਲਈ ਕਿ ਮਾਦਰੀ ਮਿਲਨ ਕਿੱਦਾ ਹੈ ਮੈਂ ਮਿਲਦੀ ਵੀ ਰਹੀ ਸਾਰੇ ਕੋਚਾ ਨੂੰ ਕਿਸੇ ਨੇ ਨਹੀਂ ਪੁੱਛਿਆ ਕਿ ਮਿਲਨ ਮਾ ਮਾਦਰੀ ਮਿਲਨ ਕਿੱਦਾ ਹੈ ਮੈਂ ਕਹਾ ਠੀਕ ਹੈ ਕੋਈ ਗੱਲ ਨਹੀਂ ਕਰਾएंगे ਸਪੋਰਟਸ ਕਰਾ ਕੇ ਵੀ ਦਿਖਾਈ ਕਰਕੇ ਵੀ ਦਿੱਤਾ ਇਹਨੇ ਦੋ-ਦੋ ਮੈਡਲ ਲੈ ਕੇ ਆਈ ਬਿਲਕੁਲ ਅ ਮੈਂ ਮਿਲ ਨੂੰ ਉਸ ਗਲਤਿਆਣਾ ਚਾਹੁੰਗਾ ਕਿਉਂਕਿ ਇਸ ਗੱਲ ਦਾ ਕਰਨ ਦਾ ਮਕਸਦ ਇਹ ਹੈ ਕਿਉਂਕਿ ਕਈ ਲੋਕ ਸਾਡੇ ਅੱਗੇ ਅਜਿਹੇ ਨੇ ਜਿਹੜੇ ਹੌਸਲਾ ਛੱਡ ਜਾਂਦੇ ਨੇ ਜਾਂ ਅਜਹੀਆਂ ਚੀਜ਼ ਦਾ ਸਾਈਡ ਵਰਗੇ ਕਦਮ ਲੈ ਵੀ ਲੈਂਦੇ ਨੇ ਪਰ ਮੈਨੂੰ ਲੱਗਦਾ ਕਿ ਤੁਸੀਂ ਇੱਕ ਬਹੁਤ ਵੱਡੀ ਐਗਜ਼ਾਮਪਲ ਉਹਨਾਂ ਦੇ ਲਈ ਜਿਵੇਂ ਮੈਮ ਨੇ ਦੱਸਿਆ ਕਿ ਤੁਹਾਡੇ ਦਿਮਾਗ ਦੇ ਵਿੱਚ ਵੀ ਅਜਿਹੇ ਖਿਆਲ ਜ਼ਰੂਰ ਆਏ ਹੋਣਗੇ ਤੇ ਮੈਨੂੰ ਲੱਗਦਾ ਕਿ ਜੇ ਉਦੋਂ ਉਹਨਾਂ ਖਿਆਲਾਂ ਨੂੰ ਆਪਣੇ ਆਪ ਤੇ ਹਾਵੀ ਹੋਣ ਦੇ ਦੰਦੇ ਤਾਂ ਅਜੇ ਮੈਡਲ ਘਰੇ ਨਹੀਂ ਆਨੇ ਸੀ ਸਭ ਤੋਂ ਵੱਡੀ ਗੱਲ ਅਸੀਂ ਗੁਰੂ ਨੂੰ ਮੰਨਦੇ ਹਾਂ ਸਭ ਕੁਝ ਨਾਲ ਜਾਂ ਤਾਂ ਉਹ ਹੀ ਕਹਦੇ ਕਿ ਉਨੀ ਦੌਰ ਸਕਦੀ ਤੇ ਉਹ ਵੀ ਪਤਾ ਲੱਗੇ ਕਿ ਐਵੇਂ ਕਹਿ ਦਿੱਤਾ ਆ ਤਾਂ ਇੱਕ ਤਾਂ ਹੋ ਗਿਆ ਸੀ ਕਿ ਜੇ ਨਾ ਕਰ ਪਾਈ ਤਾਂ ਜਵਾਬ ਵੀ ਨਹੀਂ ਦੇ ਹੋਣਾ ਬਹੁਤ ਕੁਝ ਆ ਰਿਹਾ ਸੀ ਨਾ ਮਾਈਂਡ ਦੇ ਵਿੱਚ ਪਰ ਸਭ ਤੋਂ ਪਹਿਲੀ ਗੱਲ ਮੇਰੇ ਵਿੱਚ ਆ ਰਹੀ ਸੀ ਕਿਉਂਕਿ ਮੈਨੂੰ ਇਦਾਂ ਹੁੰਦਾ ਕੋਈ ਇਦਾਂ ਕਿੱਦਾਂ ਬੋਲ ਗਿਆ ਮੈਂ ਜਵਾਬ ਦੇਣਾ ਤੇ ਜਦੋਂ ਇੰਜਰੀ ਨਹੀਂ ਪਤਾ ਲੱਗ ਰਹੀ ਸੀ ਕੀ ਆ ਤਾਂ ਉਹ ਤੋਂ ਉਦੋਂ ਹੀ ਕੁਝ ਦਿਖ ਰਿਆ ਸੀ ਤੇ ਨੋ ਡਾਊਟ ਮੈਂ ਲਾਸਟ ਮੋਮੈਂਟ ਤੱਕ ਜਦ ਤੱਕ ਇੰਜਰੀ ਨਹੀਂ ਪਤਾ ਲੱਗੀ ਮੈਂ ਏਸੀ ਚੀਜ਼ ਦੇ ਵਿੱਚ ਰਹੀ ਬਹੁਤ ਰੋਣਾ ਦਿਨ ਰਾਤ ਰੋਣਾ ਫਿਰ ਜਦੋਂ ਇੰਜਰੀ ਦਾ ਪਤਾ ਲੱਗਾ ਨਾ ਮੈਂ ਕਿਹਾ ਹੁਣ ਪਤਾ ਲੱਗ ਗਿਆ ਸੋਲੂਸ਼ਨ ਪਤਾ ਲੱਗ ਗਿਆ ਇਹ ਨਹੀਂ ਮੇਰੇ ਦਿਮਾਗ ਦੇ ਵਿੱਚ ਇੱਕ ਵਾਰ ਵੀ ਨਹੀਂ ਆਇਆ ਕਿ ਵਾਪਿਸ ਕਿਦਾਉਂਗੀ ਇਹ ਆਇਆ ਕਿ ਹੁਣ ਪ੍ਰੋਬਲਮ ਦਾ ਸੋਲੂਸ਼ਨ ਮਿਲ ਗਿਆ ਹੁਣ ਕਮਬੈਕ ਕਰ ਲੂੰਗੀ ਤਾਂ ਇੱਕ ਫਿਰ ਮੈਨੂੰ ਇਹ ਇਸ ਗੱਲ ਤੋਂ ਨਹੀਂ ਪਤਾ ਲੱਗਾ ਕਿ ਮੈਂ ਤਾਂ ਬਹੁਤ ਸਟਰੋਂਗ ਆ ਕਿ ਇਸ ਚੀਜ਼ ਬਾਰੇ ਨਹੀਂ ਸੋਚਿਆ ਕਿ ਕਿੱਦਾਂ ਕਰਨਾ ਇਹ ਸੋਚਿਆ ਕਿ ਹੁਣ ਪਤਾ ਲੱਗ ਗਿਆ ਹੁਣ ਕਰਨਾ ਅੱਗੇ ਪਲਾਨਸ ਕੀ ਆ ਨਾ 네ਗੇਟਿਵ ਵਾਲੀ ਚੀਜ਼ ਨਹੀਂ ਆਈ ਫਿਰ ਉਸ ਟਾਈਮ ਦੇ ਵਿੱਚ ਆਪਣੇ ਨੂੰ ਸੰਭਾਲਣਾ ਜ਼ਿਆਦਾ ਔਖਾ ਹੋ ਗਿਆ ਸੀ ਕਿਉਂਕਿ ਨੇਚਰਲ ਰਿਕਾਰਡ ਕੀਤਾ ਸੀ ਇੱਕ ਅਚੀਵਮੈਂਟ ਤੋਂ ਬਾਅਦ ਬੈੱਡ ਤੇ ਬੈਠਣਾ ਉਹ ਵੀ ਪਤਾ ਨਾ ਲੱਗੇ ਕਿ ਆਇਆ ਹਰ ਪਾਸੇ ਨਾ ਵੀ ਹੋ ਗਈ ਸੀ ਤੇ ਟਫ ਬਹੁਤ ਜ਼ਿਆਦਾ ਸੀ ਕਮਬੈਕ ਕਰਨਾ ਬਹੁਤ ਔਖਾ ਸੀ ਪਰ ਉਹਦੇ ਲਈ ਨਾ ਇਹ ਪਤਾ ਲੱਗਦਾ ਕਿ ਤੁਸੀਂ ਬਹੁਤ ਗਹਿਰੀ ਗੱਲ ਹੈ ਤੁਹਾਡਾ ਜਿਹੜਾ ਸਰਾਊਂਡਿੰਗਸ ਹੈ ਨਾ ਉਹ ਕਿੱਦਾਂ ਦੀਆਂ ਨੇ ਬਹੁਤ ਮੈਟਰ ਜ਼ਰੂਰ ਕਰਦੀਆਂ ਬਹੁਤ ਜ਼ਿਆਦਾ ਮੈਟਰ ਕਰਦੀਆਂ ਨੇ ਤੇ ਉਹ ਤੁਸੀਂ ਉਹਦੇ ਬਣਾ ਸਕਦੇ ਜੇ ਤੁਹਾਡੇ ਦੇ ਨਾਲ ਛੇ ਹੋਣ ਤਾਂ ਕਦੇ ਵੀ ਨਾ ਜ਼ਮੀਨ ਨਹੀਂ ਛੱਡਣੀ ਚਾਹੀਦੀ ਬਿਲਕੁਲ ਬਹੁਤ ਸੰਗੀਰ ਤੇ ਮੇਰੇ ਜਿਹੜਾ ਗਰੁੱਪ ਸੀ ਜਾਂ ਮੇਰੇ ਜਿਹੜੇ ਵੀ ਟੀਮ ਮੇਟਸ ਕਹੋ ਜਾਂ ਜਿਹੜੇ ਅੜ ਦੇ ਦੁਆਲੇ ਮੇਰੇ ਨਾਲ ਦੇ ਗਰੁੱਪ ਵੀ ਸੀ ਨਾ ਮੇਰੇ ਬਹੁਤ ਅچھے ਰਿਲੇਸ਼ਨਸ਼ਿਪ ਸੀ ਉਹਨਾਂ ਨਾਲ ਅੱਜ ਵੀ ਨਾਲ ਨੇ ਅੱਜ ਵੀ ਨਾਲ ਨੇ ਅੱਜ ਵੀ ਨਾਲ ਨੇ ਤੇ ਮੈਂ ਕਹਾਂ ਤੁਸੀਂ ਐਂ ਈ ਰਹਿਣਾ ਆ ਤੇ ਮੈਂ ਨਹੀਂ ਬਦਲੂਗੀ ਕਹਿੰਦੇ ਤੂੰ ਤਾਂ ਬੜੀ ਬਹੁਤ ਹੋ ਗਈ ਏਸ਼ਨੀ ਮੈਂ ਕਿਹਾ ਨਹੀਂ ਤੁਹਾਡੇ ਲਈ ਮੈਂ ਉਹੀ ਐ ਤੇ ਇਹੀ ਰਹੂਗੀ ਤੇ ਉਹ ਜਿਹੜੇ ਨਾਲ ਸੀ ਜਾਂ ਫਿਰ ਹੁਣ ਫੇ ਪੇਰੈਂਟਸ ਵੀ ਨਾਲ ਸੀ ਮੈਂ ਕਹਿੰਦੀ ਉਹ ਚੀਜ਼ ਨਾ ਐਨੀ ਮੋਰ ਇੰਨੀ ਜ਼ਿਆਦਾ ਲੋਡ ਤੁਹਾਨੂੰ ਉਸ ਟਾਈਮ ਦੇ ਵਿੱਚ ਕਿ ਜੇ ਮੈਂ ਉਸ ਟਾਈਮ ਆਪਣੇ ਪਾਰ ਛੱਡਦੇ ਹੁੰਦੇ ਉਹਨਾਂ ਨੂੰ ਛੱਡਦਾ ਹੁੰਦਾ ਜੋ ਕਿ ਮੇਰੇ ਕੋਚ ਨੇ ਵੀ ਕਰ ਕਿਹਾ ਸੀ ਕਿ ਤੂੰ ਨੈਸ਼ਨਲ ਰਿਕਾਰਡ ਹੋਲਡਰ ਨਾ ਤੂੰ ਇਹਨਾਂ ਨਾਲ ਨਾ ਬੋਲਿਆ ਕਰ ਤਰਨਾ ਮੈਂ ਅੱਜ ਅੱਡ ਬਿਛਾਇਆ ਕਰ ਜੇ ਮੈਂ ਉਹ ਗੱਲ ਮੰਨ ਲਈ ਹੁੰਦੀ ਨਾ ਮੈਂ ਅੱਜ ਵੀ ਰੋ ਰਹੀ ਹੁਣਾ ਸੀ ਤੁਸੀਂ ਇੱਥੇ ਨਹੀਂ ਬੈਠੇ ਹੋਣਾ ਸੀ ਤਾਂ ਉਹਨਾਂ ਨੇ ਜੋ ਮੇਰੇ ਕੋਲ ਆ ਕੇ ਬੈਠਣਾ ਇਹਨਾਂ ਦਾ ਟਾਈਮ ਕਿ ਕੋਈ ਗੱਲ ਨਹੀਂ ਫਿਰ ਮੰਮੀ ਨੇ ਇਹਨਾਂ ਦਾ ਟਾਈਮ ਮੇਰੇ ਕੋਲ ਬਹਿਣਾ ਪੂਰਾ ਦਿਨ ਮੈਂ ਕਰਨਾ ਵੀ ਕਿ ਕਮਰੇ 'ਚ ਬੈਠੇ ਤਾਂ ਉਹਨਾਂ ਨੇ ਜੋ ਬੈਣਾ ਮੇਰੇ ਕੋਲ ਆ ਕੇ ਆਪਣੀ ਟ੍ਰੇਨਿੰਗ ਤੋਂ ਬਾਅਦ ਆ ਕੇ ਬਹਿ ਜਾਣਾ ਹੋਰ ਫਿਰ ਤਕੜੀਆਂ ਪਾ ਦਾਂਗੇ ਗਾਹ ਦੁਆਰਾ ਆਪਣਾ ਵਰਕਆਊਟ ਛੱਡ ਕੇ ਤੇਰਾ ਵਰਕਆਊਟ ਕਰਾਉਂਦੇ ਨੇ ਮੈਨੂੰ ਇਹ ਚੀਜ਼ ਯਾਦ ਆਉਂਦੀ ਹੈ ਕਿ ਇੱਕ ਵਾਰ ਹੱਥੀ ਕਿਸੇ ਟ੍ਰੱਕ ਦੇ ਵਿੱਚ ਚੜ ਰਿਹਾ ਹੁੰਦਾ ਉਹ ਤਾਂ ਮਤਲਬ ਉਹ ਹਿੰਮਤ ਨਹੀਂ ਕਰਦਾ ਤੇ ਪਿੱਛੋਂ ਜਿਹੜਾ ਉਹਦਾ ਮਾਲਕ ਹੁੰਦਾ ਜਾਂ ਜਿਹੜਾ ਉਸ ਦਾ ਸਾਥੀ ਹੁੰਦਾ ਉਹ ਪਿੱਛੋਂ ਉਹਨੂੰ ਹੱਥ ਲਾ ਦਿੰਦੇ ਤੇ ਉਹਨੂੰ ਇਹ ਲੱਗਦਾ ਕਿ ਮੇਰੇ ਪਿੱਛੇ ਕੋਈ ਖੜਾ ਹੈ ਤੇ ਉਹ ਹੌਸਲੇ ਨਾਲ ਚੱਲ ਜਾਂਦਾ ਤੇ ਉਹ ਇੱਕ ਹੱਥ ਦੀ ਤਰ੍ਹਾਂ ਜਿਹੜੀ سپورਟ ਹੈ ਉਹ ਮੈਨੂੰ ਲੱਗਦਾ ਕਿਸੇ ਕਿਸਮਤ ਵਾਲੀ ਨੂੰ ਮਿਲਦੀ ਹੈ ਬਿਲਕੁਲ ਮੈਂ ਛੁੱਟੀ ਲੈ ਕੇ ਇਹਦੀ ਪੂਰੀ ਮਤਲਬ ਕੇਅਰ ਕੀਤੀ ਚਲੋ ਔਰ ਬੱਚੇ ਵੀ ਆਂਦੇ ਸੀ ਮੈਂ ਉਹਨਾਂ ਦੀ ਵੀ ਸੇਵਾ ਕਰਦੀ ਸੀ ਕਿ ਬਸ ਮੇਰਾ ਬੱਚਾ ਠੀਕ ਹੋ ਜਾਏ ਔਰ ਰੀਸ਼ੀਨ ਗੇਮ ਮੈਂ ਮਾਡਲ ਲੈ ਕੇ ਆਏ ਹਾਂ ਉਸ ਟਾਈਮ ਬਹੁਤ ਵੱਡਾ ਰੋਲ ਕੀਤਾ ਸੀ ਮੰਮੀ ਨੇ ਪੂਰਾ ਟਾਈਮ ਘਰ ਚ ਰਹਿਣਾ ਫਿਰ ਜਿੰਨੇ ਵੀ ਆਣੇ ਮਤਲਬ ਉਹ ਉਹ ਤਾਂ ਅਸੀਂ ਦੇਖ ਚੁੱਕੇ ਆ ਸਾਡੀ ਵੀ ਸੇਵਾ ਕਿੰਨੀ ਆਵਾਜ਼ਾਂ ਹੀ ਰਹਿੰਦੀ ਸੀ ਨਾ ਘਰ ਚ ਮੈਨੂੰ ਪਤਾ ਤੇ ਮੰਮੀ ਨੇ ਕਿਸੇ ਨੂੰ ਭੁੱਖਾ ਨਹੀਂ ਜਾਣ ਦਿੱਤਾ ਕਿ ਨਹੀਂ ਰੋਟੀ ਖਾ ਕੇ ਜਾਣੀ ਹੈ ਬਹੁਤ ਵੱਡੀ ਗੱਲ ਹੁੰਦੀ ਹੈ ਸ਼ਾਇਦ ਉਹੀ ਦੁਆਵਾਂ ਦਾ ਫਲ ਮਿਲਿਆ ਹੋਵੇ ਔਰ ਇਹ ਨਹੀਂ ਸੀਗਾ ਕਿ ਇੱਕ ਬੱਚਾ ਪੰਜ ਦਿਨ마다 ਇੱਕ ਬੱਚਾ ਰੋਜ਼ ਆ ਰਿਹਾ ਇੱਕ ਬੰਦਾ ਕਹਿੰਦਾ ਕਿ ਰੋਜ਼ ਹੀ ਆ ਰਿਹਾ ਤਾਂ ਰੋਜ਼ ਦਾ ਕੰਮ ਹੋ ਗਿਆ ਪਰ ਨਹੀਂ ਮੰਮੀ ਨੇ ਮੂਹ ਨਹੀਂ ਬਣਾਇਆ ਤੇ ਮੈਨੂੰ ਵੀ ਉਸ ਚੀਜ਼ ਦੀ ਬਹੁਤ ਖੁਸ਼ੀ ਹੈ ਕਿਉਂਕਿ ਜੇ ਮੂਹ ਬੰਨਨ ਦਾ ਉਹ ਵੀ ਆਣਾ ਬੰਦ ਕਰ ਜਾਂਦੇ ਹਰ ਮਿਲਨ ਇੱਕ ਤੀ ਦਾ ਸਭ ਤੋਂ ਜ਼ਿਆਦਾ ਜਿਹੜਾ ਕਹਿ ਸਕਦੇ ਕਿ ਪਹਿਲਾ ਪਿਆਰ ਉਸ ਦਾ ਪਿਤਾ ਉਸ ਦਾ ਪਿਓ ਹੁੰਦਾ ਤੇ ਹਰ ਧੀ ਆਪਣੇ ਪਿਓ ਦੀ ਰਾਣੀ ਹੁੰਦੀ ਹੈ ਤੇ ਪਿਓ ਦਾ ਰਾਜਾ ਹੁੰਦਾ ਤੇ ਮੈਂ ਤੁਹਾਡੇ ਫਾਦਰ ਸਾਹਿਬ ਦੇ ਨਾਲ ਤੋਂ ਡੀ ਟਿਊਨਿੰਗ ਜੇ ਹੁੰਦੇ ਹੋਰੇ ਤਾਂ ਮੈਂ ਜ਼ਰੂਰ ਉਹਨਾਂ ਦੇ ਨਾਲ ਵੀ ਗੱਲਾਂ ਜ਼ਰੂਰ ਕਰਦਾ ਪਰ ਉਹਨਾਂ ਬਾਰੇ ਵੀ ਜ਼ਰੂਰ ਦੱਸੋ ਕਿ ਮੈਂ ਮੈਂ ਤੁਹਾਡੇ ਤੋਂ ਵੀ ਪੁੱਛਣਾ ਚਾਹੂੰਗਾ ਜਦੋਂ ਦੌੜ ਰਹੇ ਸੀ ਹਰ ਮਿਲਨ ਨੂੰ ਇਹਨਾਂ ਦਾ ਮੈਡਲ ਆਇਆ ਉਦੋਂ ਉਹ ਪਲ ਨੇ ਜਿਹੜੇ ਉਹ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਅਸੀਂ ਜਦੋਂ ਇਹਦੀ 1500 ਮੀਟਰ ਹੋਣੀ ਸੀਗੀ ਮੈਂ ਆਪਣੇ ਆਫਿਸ ਦਾ ਛੁੱਟੀ ਲੈ ਕੇ ਮੈਂ ਮਾਲਪੁਰ ਚਲ ਗਈ ਉਦੋਂ ਸਾਡੇ ਐਸੀ ਟੈਕਨੀਕਲ ਤੇਜਪਾਲ ਬੰਸਲ ਜੀ ਨੇ ਕਿਹਾ ਕਿ ਵੀ ਜਦੋਂ ਤੇਰਾ ਰੇਸ ਹੋਗੀ ਜਾਂ ਜਦੋਂ ਬੇਟੀ ਨੂੰ ਲੈਣ ਜਾਣਾ ਤਾਂ ਸਾਡੇ ਵੱਲੋਂ ਤੁਹਾਨੂੰ ਪੂਰੀ ਖੁੱਲੀ ਛੁੱਟੀ ਹੈਗੀ ਮੈਂ ਕਿਹਾ ਠੀਕ ਹੈ ਸਰ ਥੈਂਕ ਯੂ ਤਾਂ ਮੈਂ ਜਦੋਂ ਘਰ ਪਹੁੰਚੀ ਤਾਂ ਇੱਕ ਦੋ ਦਿਨ ਪਹਿਲੇ ਚਲ ਗਈ ਸੀ ਫ੍ਰਾਈਡੇ ਨੂੰ ਚਲ ਗਈ ਸੀ ਨਾ ਸੰਡੇ ਨੂੰ ਰੇਸ ਸੀਗੀ ਅਸੀਂ ਸਾਰੀ ਫੈਮਿਲੀ ਬੈਠੇ ਮੇਰਾ ਜਿੱਦਾ ਵਹੀ ਮੈਂ ਦੌੜ ਰਹੀ ਹੂੰ ਮੇਰੀ ਧੜਕਣੇ ਫਾਸਟ ਮੈਂ ਕਦੀ ਦਰ ਕਰੀ ਉਹੀ ਉਹੀ ਪਲ ਦੁਬਾਰਾ ਉਹੀ ਪਲ ਦੁਬਾਰਾ ਕਿ ਮੇ ਕੋ ਮਨ ਲੈ ਚੈਨ ਜਾਂ ਨਹੀਂ ਫੈਰੇਗਾ ਘਰ ਤੇ ਕਹਿੰਦੇ ਬਹਿ ਜਾ ਚਾਹ ਲਿਆ ਇੱਥੇ ਬਹਿ ਜਾ ਮੈਂ ਕਹਾ ਮੈਨੂੰ ਨਾ ਔਰਤ ਰਖ ਹੁੰਦੀ ਰੇ 4 ਸਾਲ ਬਾਅਦ ਵਿਚਾਰੀ ਕੀ ਕਰੂਗੀ ਮਤਲਬ ਮੈਡਲ ਆਣਾ ਚਾਹੀਏ ਨਾ 4 ਸਾਲ ਮੈਂ ਬਹੁਤ ਦੂਰ ਹੁੰਦੇ ਇੰਨਾ ਦਸੂ ਸੋਚ ਕੇ ਕਦੀ ਮੈਂ ਉੱਤਰ ਚੱਲ ਜਾਵਾ ਕਦੀ ਫਿਰ ਵੀ ਚੁੱਟ ਕੇ ਮੱਥਾ ਟੇਕ ਕੇ ਆਈ 10 15 ਮਿੰਟ ਜਿਹੜੇ ਬੱਚੇ ਮੈਂ ਬਾਬਾ ਜੀ ਇੱਜ਼ਤ ਰੱਖ ਲੈਣਾ ਵਾਪਸ ਆ ਗਈ ਬੈਠੇ ਮੈਂ ਇੱਧਰ ਬੈਠੇ ਆ ਮੈਂ ਇੱਧਰ ਬੈਠ ਅਸੀਂ ਜਦੋਂ ਰੇਸ ਸਟਾਰਟ ਹੋਣ ਲੱਗੀ ਮੈਂ ਖੜਚਾ ਹੋ ਮੈਂ ਬਹਿ ਜਾ ਬੈਠ ਕੇ ਦੇਖ ਮੈਂ ਖੜਚਾ ਹੋ ਮੈਂ ਬਹਿ ਜਾ ਮੈਂ ਕਹਾ ਹੁਣ ਥੋੜੀ ਜਿਹਾ ਪਤਾ ਲੱਗ ਗਿਆ ਕਿ 3ਰਡ ਫਸ ਸੈਕਿੰਡ 3ਰਡ ਮੈਂ ਕਹਾ ਚਲੋ ਕੋਈ ਤਾਂ ਅਭੀ ਮੈਡਲ ਮੇ ਹੈ ਬਾਕੀ ਫਿਨਿਸ਼ਿੰਗ ਦੇਖਦੇ ਨੇ ਜਦੋਂ ਇਹਨੇ ਰੇਸ ਲਾਈ ਤਾਂ ਮੈਨੂੰ ਰੇਸ ਇੰਨੀ ਪਿਆਰੀ ਇਹਦੀ ਰੇਸ ਲੱਗੀ ਕਿ ਮਤਲਬ ਵੀ ਅਗਰ ਖਾਨਾ ਚਾਹੇ ਤਾਂ ਵਰਲਡ ਕਲਾਸ ਕੀ ਰੇਸ ਸੀ ਜਿਹੜੀ ਇਹਦੀ ਬਾਡੀ ਲੈਂਗੁਏਜ ਇਹਦਾ ਲੋਅਰ ਪੋਰਸ਼ਨ ਜਿਹੜਾ ਸੀਗਾ ਕਿਉਂਕਿ ਮੈਂ ਹਰ ਰੇਸ ਦੀ ਦੀ ਜਜਮੈਂਟ ਲਾ ਲੈਂਦੀ ਸੀ ਜਦੋਂ ਇਹਨੇ ਟਰੇਨਿੰਗ ਕਰਨੀ ਨੇ ਟਾਈਮ ਦੱਸਣਾ ਮੈਨੂੰ ਇਹ ਦੇਖ ਇੱਕ ਵਾਰ ਫਾਦਰ ਨੇ ਇੱਕ ਵਾਰ ਕੋਚ ਨੇ ਕਿਸੇ ਨਾ ਟਾਈਮ ਲੇਤਾ ਸੀ ਤੇ ਦੱਸਿਆ ਕਿ ਮਹਰ ਮਿਲਨ ਨੇ ਇੰਨੇ ਦੀ ਲਾਈ ਆ ਇਹਦੇ ਫਾਦਰ ਨੇ ਕਹਿੰਦੇ ਰੇਸ ਇੰਨੇ ਦੀ ਬਣੂਗੀ ਮੈਂ ਕਹਾ ਨਹੀਂ ਰੇਸ ਇੰਨੀ ਉਹਨਾਂ ਕਹਾ 16 17 ਆ ਦੀ ਮੈਂ ਕਹਾ ਨਹੀਂ ਇਹਦੀ 12 14 ਕੀ ਬਣੂਗੀ ਕਹਿੰਦੇ ਨਹੀਂ ਇੰਨੀ ਤਗੜੀ ਨਹੀਂ ਹੋ ਸਕਦੀ ਮੈਂ ਕਹਾ ਆ ਦੇਖੋ ਜਿਹੜੇ ਜਿਹੜੇ ਇਹਨਾਂ ਨੇ ਮੈਨੂੰ ਟਾਈਮਿੰਗ ਦੱਸੇ ਮੈਂ ਉਹਦਾ ਕੈਲਕੂਲੇਟ ਕਰਕੇ ਰੱਖਤਾ ਮੈਂ ਕਹਾ ਇੰਨੇ ਦੀ ਲਾਹੋਗੇ ਇਹ ਉਹਨੇ ਹੀ ਦੀ ਲੰਦੀ ਸੀ ਇਹ ਮੈਨੂੰ ਤਾਂ ਪੁੱਛ ਕੇ ਵੀ ਜਾਣਾ ਮੰਮੀ ਮੈਂਨੇ ਦੀ ਮੈਂ ਕਹਾ ਹਾਂ ਇੰਨੇ ਦੀ ਲਾਹੋਗੇ ਚਲੋ ਤਾ ਉਹ ਜਦੋਂ ਜਰੂਰ ਰੇਸ سٹਾਰਟ ਹੋਈ ਮੈਂ ਦੌੜ ਕੇ ਨਾ ਟੀਵੀ ਦੇ ਮੋਰੇ ਆ ਗਈ ਮੈਂ ਮਿਲਨ ਚੱਲ ਚੱਲ ਮੇਰੇ ਹਸਬੰਦ ਕਹਿੰਦੇ ਉਹ ਬਹਿ ਜਾ ਸਾਨੂੰ ਵੀ ਤੇ ਦੇਖ ਲੈਂਦੇ ਟੀਵੀ ਦੇ ਮੋਰੇ ਖੜ ਗਏ ਮੈਂ ਕਹਾਂ ਉਹ ਫਿਰ ਮੈਂ ਬੈਠ ਕੇ ਚੱਲ ਸਿਲਵਰ ਆ ਗਿਆ ਮੈਂ ਖੁਸ਼ ਹੋ ਗਈ ਕਿ 1500 ਮੀਟਰ ਚਲੋ ਇੱਕ ਮੈਡਲ ਤਾਂ ਆ ਗਿਆ

ਬਿਲਕੁਲ ਮੈਂ ਤੁਹਾਨੂੰ ਦੱਸਾਂ ਤਾਂ ਸਾਡੇ ਵਿੱਚ ਨਾ ਇੱਕ ਸਾਡੇ ਪਰਿਵਾਰ 'ਚ ਸ਼ੁਰੂ ਤੋਂ ਇੱਕ ਗੱਲ ਹੁੰਦੀ ਸੀ ਮੰਮੀ ਨੇ ਕਹਣਾ ਮੇਰਾ ਮੈਡਲ ਪਾਪਾ ਨੇ ਕਹਣਾ ਮੈਂ ਮੈਂ ਹੀ ਕੀਤੀ ਪੂਰੀ ਮਿਹਨਤ ਫਿਰ ਮੈਂ ਝਗੜਾ ਸੁਲਝਾਤਾ ਮੈਂ ਇੱਕ ਦੋ ਲੈ ਆਂਦੇ ਆ ਇੱਕ ਪਾਪਾ ਨੂੰ ਦੇਤਾ ਇੱਕ ਮੰਮੀ ਨੂੰ ਦੇਤਾ ਮੈਂ ਹੁਣ ਨਾ ਲੜਿਓ ਸੋ ਜਦੋਂ ਪਾਪਾ ਨਾਲ ਪਹਿਲੀ ਵਾਰ ਗੱਲ ਹੋਈ ਜਦੋਂ ਦੱਸਿਆ ਕਿ ਮੈਡਲ ਆਇਆ ਕੀ ਕਹਿੰਦੇ ਮੈਂ ਤਾਂ ਦੱਸੀ ਮੈਂ ਪਾਪਾ ਦੇ ਇਵੈਂਟ ਸੀ 1500 ਤੇ ਮੰਮੀ ਦਾ 800 ਤਾਂ 1500 ਤੋਂ ਬਾਅਦ ਪਹਿਲਾ ਕਾਲ ਪਾਪਾ ਨੂੰ ਕੀਤਾ ਤੇ 800 ਤੋਂ ਬਾਅਦ ਮੰਮੀ ਨੂੰ ਕੀਤਾ ਤੇ ਮੇਰਾ ਮੇ ਸਾਨੂੰ ਇੱਕ ਟਾਈਮ ਮਿਲਦਾ ਹੈ ਵਰਕ ਆਊਟ ਮਤਲਬ ਰੇਸ ਤੋਂ ਬਾਅਦ ਆ ਕੇ ਇੰਟਰਵਿਊਜ਼ ਹੁੰਦੇ ਨੇ ਤੇ ਫਿਰ ਤੁਸੀਂ ਜਾਣਦੇ ਜਿਹੜਾ ਸਮਾਨ ਪਿਆ ਹੁੰਦਾ ਅਰਾਊਂਡ 20 ਮਿੰਟਸ ਲਾਗੇ ਸੀ 20 ਮਿੰਟਸ ਦੇ ਅੰਦਰ ਪਾਪਨ ਲਾਈਟਸ ਲਗਾਤੀ ਸੀ ਘਰ 'ਚ ਅੱਛਾ ਮੈਂ ਦੁਨੀਆ ਆ ਕੇ ਪੁੱਛੇ ਤੇ ਵਿਆਹ ਰੱਖਿਆ ਉਹ ਕਿਉਂਕਿ 1500 ਦਾ ਕਿਤੇ ਮੈਂ ਦੱਸਿਆ ਕਿ ਕਿਸੇ ਨੂੰ ਪਤਾ ਨਹੀਂ ਸੀਗਾ ਕਿ ਪੰਜਾਬ ਦੀ ਕੋਈ ਕੁੜੀ ਇਦਾਂ ਰਿਪਰੈਜ਼ੈਂਟ ਵੀ ਕਰ ਰਹੀ ਆ ਇੰਡੀਆ ਨੂੰ 800 ਤੱਕ ਜ਼ਰੂਰ ਲੋਕਾਂ ਨੂੰ ਪਤਾ ਲੱਗ ਗਿਆ ਸੀ ਪਰ ਪਰ ਪਾਪਾ ਕਹਿੰਦੇ ਹੁਣੇ ਉਤਰਨੀਆ ਨਹੀਂ ਹਲ ਤੱਕ ਲੱਗੀਆਂ ਨੇ ਲਾਈਟਾਂ ਤੇ 800 ਟਾਈਮ ਮੈਂ ਜਦ ਪਾਪਾ ਨੂੰ ਦੱਸਿਆ ਪਾਪਾ ਆਖੀ ਪਾਪਾ ਨਾਲ ਗੱਲ ਕੀਤੀ ਮੈਂ ਪਾਪਾ ਬਹੁਤ ਔਖਾਉਣ ਵਾਲਾ 800 1500 ਮੈਡਲ ਆ ਕੇ ਖੁਸ਼ੀਆਂ ਕਨਫਰਮ ਜਆ ਕਰ ਰਹੀ ਸੀ ਮੈਂ ਕਹਿੰਦੇ ਕੋਈ ਗੱਲ ਨਹੀਂ ਆਪਣੀ ਤੂੰ ਰੇਸ ਲਾ ਲਾ ਮੰਮੀ ਨੇ ਵੀ ਦੱਇਆ ਕਿ ਕੋਈ ਗੱਲ ਨਹੀਂ 800 ਖੋਲ ਕੇ ਲਾ ਲਾ ਬਿਨ ਅੜੇ ਇੱਕ ਮੈਡਲ ਆਪਣੇ ਕੋਲ ਆ ਗਿਆ ਆਪਾਂ ਸਿਕਿਉਰ ਹੋ ਗਏ ਆ ਪਰ ਫਿਰ ਤੁਸੀਂ ਸਭ ਨੇ ਬਹੁਤ ਜ਼ਿਆਦਾ ਪ੍ਰੈਸ਼ਰ ਵਧਾ ਦਿੱਤਾ ਸੀ ਸੋਸ਼ਲ ਮੀਡੀਆ ਦੇ ਉੱਤੇ ਹੋਰ ਪ੍ਰੈਸ਼ਰਸ ਬਹੁਤ ਜ਼ਿਆਦਾ ਵਧ ਗਏ ਸੀ ਉਸ ਚੀਜ਼ ਨੂੰ ਲੈ ਕੇ ਫਿਰ ਮੈਂ ਕਾਫੀ ਇੱਕ ਵਾਰ ਫਿਰ ਮੀਡੀਆ ਪ੍ਰੈਸ਼ਰ ਵੀ ਵਧਾ ਦਿੰਦਾ ਬਿਲਕੁਲ ਵਧਾ ਦਿੰਦਾ ਸੀ ਵਧਾਤਾ ਸੀ ਮੇਰਾ ਫਿਰ ਉਹਦੇ ਕਰਕੇ ਮੈਂ ਜ਼ਰੂਰ ਇੱਕ ਵਾਰ ਫਿਰ ਕਿਉਂਕਿ ਜੋ ਮੇਰੀ 1500 ਮੀਟਰ ਗਈ ਸੀ ਨਾ ਰੇਸ ਉਹ ਜਿਹੜੀ ਆਖਰੀ 800 ਸੀ 2 ਮਿੰਟ 4 ਸੈਕਿੰਡ ਦੀ ਗਈ ਸੀ ਫਿਰ ਜੋ ਮੇਰੀ ਹੀਟ ਸੀ ਉਹ 2 ਮਿੰਟ 6 ਸੈਕਿੰਡ ਦੀ ਸੀ ਫਿਰ ਫਾਈਨਲ 2 ਮਿੰਟ 3 ਸੈਕਿੰਡ ਦੀ ਤਾਂ ਆਲਮੋਸਟ ਇਕੱਠੀਆਂ-ਇਕੱਠੀਆਂ ਟਾਈਮਿੰਗਜ਼ ਦੇ ਨਾਲ ਉਹ ਮੇਰਾ ਗਿਆ ਸੀ ਤਾਂ ਮੇਰੇ ਲੱਤਾਂ 'ਚ ਲੈਕਟਿਕ ਬਣਦਾ ਸੋਰਨੈਸ ਬਹੁਤ ਜ਼ਿਆਦਾ ਹੋ ਗਈ ਸੀ ਉਹਦੇ ਨਾਲ ਇੰਨੀ ਜ਼ਿਆਦਾ ਸਟਿਫਨੈਸ ਹੋ ਗਈ ਸੀ ਲੈਗਸ ਦੇ ਵਿੱਚ ਮੈਨੂੰ ਪਤਾ ਮੈਨੂੰ ਕਿੱਦਾਂ ਰਿਲੀਜ਼ ਕਰ ਰਹੀ تھی ਗੰਦ ਦੇ ਨਾਲ ਗੰਦ ਦੇ ਨਾਲ ਫਿਰ ਉਹਦੀ ਮ사ਜ ਬਹੁਤ ਕੁਝ ਕੀਤਾ ਫਿਰ ਕਿਤੇ ਜਾ ਕੇ ਮੈਂ ਰੈਡੀ ਹੋਈ ਸੀ 1500 ਲਈ 800 ਲਈ ਸੌਰੀ ਪਰ ਉਮੈ ਮੈਨੂੰ ਯਾਦ ਆ ਜੋ ਮੂਵਮੈਂਟਸ ਜਿੰਨਾ ਮੈਂ ਇੰਜੋਏ ਕੀਤਾ ਉਹਨੇ ਪਾਪਾ ਨੇ ਕੀਤਾ ਕਿੰਨਾ ਚਾਹ ਸੀ ਉਹਨਾਂ ਨੂੰ ਤੇ ਮੈਨੂੰ ਖੁਸ਼ੀ ਆਦਿਆ ਹਰ ਗੱਲ ਤੇ ਵੀਡੀਓ ਕਰ ਲਾ ਤੂੰ ਵੀਡੀਓ ਕਾਲ ਲਾ ਤੂੰ ਕੋਈ ਗੱਲ ਨਹੀਂ ਕੋਈ ਆਂਦਾ ਇਸ ਤਰ ਵੀਡੀਓ ਕਾਲ ਆ ਤੋ ਮੇਰਾ ਇੰਟਰਵਿਊ ਚੱਲ ਰਿਹਾ ਕੋਈ ਗੱਲ ਨਹੀਂ ਤੋ 2 ਮਿੰਟ ਰੋਕ ਜਾ ਵੀਡੀਓ ਕਾਲ ਆ ਮੈਨੂੰ ਪਾਪਾ ਨੇ ਇੰਨਾ ਫੋਨ ਕਦੀ ਕੀਤਾ ਨਹੀਂ ਹੋਣਾ ਜਿੰਨੇ ਮੈਨੂੰ ਮਾ ਕੁਛ ਟਾਈਮ ਦੇ ਵਿੱਚ ਆ ਗਏ ਚਲੋ ਆਖਰੀ ਸਵਾਲ ਇਸ ਤੋਂ ਇਲਾਵਾ ਪੱਜਣਾ ਹੋ ਗਿਆ ਤੁਹਾਡਾ ਮਾਡਲਿੰਗ ਹੋ ਗਿਆ ਇਸ ਤੋਂ ਇਲਾਵਾ ਹੋਰ ਕੀ ਕੀ ਸ਼ੌਂਕ ਨੇ ਸ਼ੌਂਕ ਤਾਂ ਮੈਨੂੰ ਇਦਾਂ ਹੈ ਕਿ ਇੱਕ ਵਾਰ ਮੈਂ ਸ਼ੂਟਿੰਗ ਕਰੀਅਰ ਜ਼ਰੂਰ ਟਰਾਈ ਕਰੂੰਗੀ ਸ਼ੂਟਿੰਗ ਉਹ ਤੁਸੀਂ ਆਪਣੇ ਭਰਾ ਦੇ ਨਾਲ ਮੈਨੂੰ ਲੱਗਦਾ ਉਹ ਸੁਪਨਾ ਉਧਰ ਟਰਾਂਸਫਰ ਕਰਤਾ ਸੁਪਨੇ ਬਹੁਤ ਦੇਖਦੇ ਹੋ ਤੁਸੀਂ ਖੁੱਲੀਆਂ ਅੱਖਾਂ ਨਾਲ ਖੁੱਲੀਆਂ ਖਨਾਂ ਨਾਲ ਮੇਰਾ ਜੋ ਲਾਈਫ ਨੂੰ ਲੈ ਕੇ ਇੱਕ ਵਿਜਨ ਹੈ ਕਿ ਲਾਈਫ ਛੋਟੀ ਹੈ ਬਹੁਤ ਜ਼ਿਆਦਾ ਛੋਟੀ ਹੈ ਬਹੁਤ ਕੁਝ ਕਰਨ ਨੂੰ ਪਿਆ ਆ ਮੈਂ ਤਾਂ ਐਵੇਂ ਤਾਂ ਮੈਂ ਟਰੈਵਲਿੰਗ ਮੈਨੂੰ ਬਹੁਤ ਪਸੰਦ ਆ ਮੈਨੂੰ ਬਹੁਤ ਅੱਛੇ ਅੱਛੇ ਜਗ੍ਹਾ ਤੇ ਘੁੰਮਣ ਦਾ ਮਨ ਆ ਫਿਰ ਇੱਕ ਜਗ੍ਹਾ ਜਿੱਥੇ ਮਿਲਕੀ ਵੇਪੂਰਾ ਦਿਖਦਾ ਆ ਮੈਨੂੰ ਇਦਾਂ ਹੈ ਕਿ ਉਹ ਵੀ ਦੇਖਣਾ ਆ ਮਤਲਬ ਮੇਰੇ ਦਾਦਾ ਜੀ ਤੋਂ ਮੈਨੂੰ ਆ ਟਰੈਵਲਿੰਗ ਵਾਲੀ ਆਦਤ ਪਈ ਹੈ ਮੈਨੂੰ ਬਹੁਤ ਖੁਸ਼ੀ ਆ ਮੁਕੜਾ ਨਹੀਂ ਹੈਗਾ ਸਿੰਗਿੰਗ ਦਾ ਸ਼ੌਂਕ ਵੀ ਹੈਗਾ ਨਹੀਂ ਨਹੀਂ ਸਿੰਗਿੰਗ ਦਾ ਨਹੀਂ ਹੈਗਾ ਬਸ ਆ ਨਹੀਂ ਹੈਗਾ ਨੀ ਹੈਗਾ ਆ ਨਹੀਂ ਹੈਗਾ ਆਵਾਜ਼ ਚੰਗੀਆਂ ਮੈਨੂੰ ਲੱਗਦਾ ਗਾ ਸਕਦੇ ਸੁਣਨ ਦਾ ਹੈਗਾ ਸੁਣਨ ਦਾ ਤਾਂ ਬਹੁਤ ਆ ਇਹ ਤੋਂ ਬਿਨਾ ਗਤੀ ਨਹੀਂ ਹੈ ਸਾਡੀ ਕਿੰਨੀ ਜ਼ਿਆਦਾ ਸੁਣਦੇ ਸਿੱਧੂ ਮੂਸੇਵਾਲਾ ਜੀ ਹੋ ਗਏ ਫਿਰ ਆਪਣੇ ਅਮਰਿਤਮਾਨ ਜੀ ਹੋ ਗਏ ਤੇ ਸੁਲਤਾਨ ਜੀ ਹੋ ਗਏ ਇਹਨਾਂ ਦੇ ਰੈਪ ਹੋ ਗਏ ਐਂਡ ਚ ਚੱਲਦੇ ਰਹਿੰਦੇ ਨੇ ਫਿਰ ਬਾਕੀ ਜਿਹੜੇ ਥੋੜੇ ਆ ਜਾਂਦੇ ਲੇਟੈਸਟ ਸੌਂਗਸ ਸੋਰੀ ਹਾਈ ਵਾਈਬ ਅੱਛਾ ਮੋਡਲਿੰਗ ਟਰਾਈ ਕਰਦੇ ਹੁਣ ਮੈਨੂੰ ਲੱਗਦਾ ਕਿ ਹੁਣ ਤਾਂ ਪਪੂਲਰ ਵੀ ਹੋ ਗਏ ਜਿਹੜੇ ਪ੍ਰੋਡਿਊਸਰ ਹੁੰਦੇ ਨੇਗੇ ਉਹ ਹਮੇਸ਼ਾ ਪਪੂਲਾਰਿਟੀ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਨੇ ਫੋਨ ਫੋਨ ਵਜਨ ਤਾਂ ਹੀ ਲਾਗੇ ਪ੍ਰੋਡਿਊਸਰ ਇਹਦੇ ਵੀ ਆਜਾ ਮੂਵੀ 'ਚ ਨਹੀਂ ਮੂਵੀ ਲਈ ਤਾਂ ਨਹੀਂ ਆਏ ਬਿਕਾਜ਼ ਮੈਂ ਮੂਵੀ ਦੇ ਵਿੱਚ ਇੰਨਾ ਇੰਟਰਸਟ ਦਿਖਾਇਆ ਵੀ ਨਹੀਂ ਕਾਫੀ ਲੰਬਾ ਕੰਮ ਛੇੜ ਜਾਂਦਾ ਜੇ ਹੁਣ ਪ੍ਰੋਡਿਊਸਰ ਕੋਈ ਦੇਖ ਰਿਹਾ ਹੋਵੇ ਤਾਂ ਸੰਪਰਕ ਕਰ ਲੈਣਾ ਚਾਹੀਦਾ ਹਾਂ ਛੇ ਸਾਲ ਅਵਾਦ ਆਉਂਗੀ ਪਰ ਉਹ ਥੋੜਾ ਆਣਾ ਜ਼ਰੂਰੀ ਮੂਵੀ ਦਾ ਕੰਮ ਹਾਂ ਆਣਾ ਆ ਆਜੂਗੀ ਲੇਕਿਨ ਜਿਹੜਾ ਹੁਣ ਦੀ ਟਾਈਮ ਦੀ ਗੱਲ ਦੱਸਾਂ ਸਿਰਫ ਐਡਵਰਟਾਈਜ਼ਮੈਂਟ ਤੱਕ ਲੌਂਗ ਲੈ ਪਰਫਾਰਮੈਂਸ ਬ੍ਰਾਂਡ ਦੇ ਕੀਤਾ ਆ ਮਸਲ ਬਲੇਜ਼ਾ ਕੀਤਾ ਆ ਉਹ 8 ਘੰਟੇ ਇੱਕ ਦਿਨ ਦੇ ਵਿੱਚ ਇੱਕ ਚੇਂਜ ਵੀ ਹੋ ਜਾਂਦਾ ਲਾਈਫ ਦੇ ਵਿੱਚ ਪਰ ਮੂਵੀ ਨੂੰ ਤਾਂ ਬਹੁਤ ਲੱਗਦਾ ਕਿਹੜਾ ਆਰਟਿਸਟ ਪੰਜਾਬੀ ਇਹ ਕਿਹੜਾ ਸਭ ਤੋਂ ਚੰਗਾ ਲੱਗਦਾ ਕਿਹਦੀ ਐਕਟਿੰਗ ਸਭ ਤੋਂ ਸੋਹਣੀ ਲੱਗਦੀ ਆ ਸਿੰਗਰ ਤਾਂ ਤੁਸੀਂ ਦੱਸਤਾ ਦਿਲਜੀਤ ਦੋਸਾਂਝ ਉਹਨਾਂ ਦੀ ਐਕਟ ਚੰਗੀ ਲੱਗਦੀ ਐਕਟਿੰਗ ਵੀ ਅੱਛੀ ਲੱਦੀ ਗਾਣੇ ਵੀ ਅੱਛੇ ਨੇ ਉਹਨਾਂ ਦੇ ਤੇ ਮੈਨੂੰ ਜੋ ਉਹਨਾਂ ਦਾ ਫਨੀ ਜਾਂ ਹੈਗਾ ਸੁਭਾਅ ਮੈਨੂੰ ਪਸੰਦ ਆ ਫਿਰ ਗੀਪੀ ਗਰੇਵਾਲ ਜੀ ਨੇ ਉਹ ਤਾਂ ਫਿਰ ਕੀ ਕਹਨੇ ਉਹਨਾਂ ਦੇ ਉਹ ਬਹੁਤ ਅੱਛੇ ਲੱਗਦੇ ਨੇ ਇਹ ਦੋ ਮੀਨ ਨੇ ਫੀਮੇਲ ਫੀਮੇਲ ਅ ਫਿਊਚਰ ਦੀ ਗੱਲ ਕਰੀਏ ਤਾਂ ਆਪਣੀ ਨਾਮ ਲੈਦਾ ਤੇ ਇਹ ਟਫ ਕੁਸ਼ਨ ਪੁੱਛ ਲਿਆ ਮੈਨੂੰ ਐਸੀ ਸਰਗੁਣ ਮਹਿਤਾ ਜੀ ਲੱਗਦੀ ਹੈ ਸਰਗੁਣ ਮਹਿਤਾ ਹਾਂ ਬਿਲਕੁਲ ਚਲੋ ਆਖਰੀ ਤਮੈ ਮੈਂ ਤੁਹਾਨੂੰ ਵੀ ਚਾਹੂੰਗਾ ਮੈਂ ਤੁਸੀਂ ਦੋਨੇ ਜਿਹੜੇ ਲੋਕ ਧੀਆ ਨੂੰ ਘੱਟ ਸਮਝਦੇ ਨੇ ਜਾਂ ਉਹਨਾਂ ਨੂੰ ਉੱਡਣ ਦੇ ਲਈ ਜਿਹੜੇ ਉਹਨਾਂ ਦੇ ਖੰਭ ਨੇ ਉਹ ਆਜ਼ਾਦ ਨਹੀਂ ਰੱਖਦੇ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਭਈ ਆਪਣੀ ਕੁੜੀਆਂ ਨੂੰ ਬਾਹਰ ਕੱਢੋ ਉਨਾਂ ਨੂੰ ਆਪਣਾ ਕੈਰੀਅਰ ਬਣਾਉਣ ਦਿਓ ਉਚਾਈਆਂ ਬੁਲੰਦੀਆਂ ਛੂੰਹਦੇ ਅੱਜਕੱਲ ਕੁੜੀਆਂ ਹੀ ਨਾ ਰੋਸ਼ਨ ਕਰਦੀਆਂ ਮੁੰਡੇ ਤਾਂ ਕਟਾਈ ਕਰਦੇ ਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਆਪਣੇ ਪੈਰਾਂ 'ਚ ਖੜ ਜਾਨੇ ਤਾਂ ਉਹਨਾਂ ਨੂੰ ਆਗੇ ਆਉਣੇ ਵਾਲੇ ਸਮੇਂ 'ਚ ਉਹਨਾਂ ਨੂੰ ਕੋਈ ਦਿੱਕਤ ਨਾ ਇਹ ਕੰਟਰੋਵਰਸ਼ੀਅਲ ਸਟੇਟਮੈਂਟ ਦਿੱਤੀ ਕਿ ਤੇ ਮੁੰਡੇ ਨਰਾਜ਼ ਹੋ ਜਾਣਗੇ ਹਾਂ ਮੁੰਡੇ ਨਰਾਜ਼ ਹੋ ਜਾਣਗੇ ਚਲੋ ਪਰ ਮੇਰਾ ਇਸੇ ਪੁਆਇੰਟ ਊ ਵਿਊ ਡਿਫਰੈਂਟ ਆ ਥੋੜਾ ਆਦੇ ਟਾਈਮ 'ਚ ਅਗਰ ਗਰਾਊਂਡ 'ਚ ਜਾਓ ਨਾ ਤਾਂ ਬਰਾਬਰ ਦੇ ਬੰਦੇ ਦਿਖਦੇ ਨੇ ਮੈਨੂੰ ਕੁੜੀਆਂ ਵੀ ਉਹਨੀਆਂ ਮੁੰਡੇ ਵੀ ਉਹਨੇ ਤਾਂ ਮੈਨੂੰ ਸਪੀਰੈਂਟ ਉਹਨਾਂ ਪੇਰੈਂਟਸ 'ਤੇ ਬਹੁਤ ਜ਼ਿਆਦਾ ਪ੍ਰਾਊਡ ਆ ਜਿਨ੍ਹਾਂ ਦੇ ਮੈਂ ਕਿਉਂਕਿ ਪੀਆਈਐਸ ਹੋਸਟਲ ਹੈ ਮੈਂ ਪਹਿਲੀ ਵਾਰ ਇੰਨੀਆਂ ਕੁੜੀਆਂ ਦੇਖੀਆਂ ਹੋਸਟਲ ਦੇ ਵਿੱਚ ਉਹ ਵੀ ਇੰਨੀ ਛੋਟੀ ਇਸ ਦੀਆਂ ਮੈਨੂੰ ਹੈਰਾਨੀ ਹੈ ਕਿ ਮੁੰਡੇ ਨਾਲ ਨਾਲ ਪੇਰੈਂਟਸ ਨੇ ਕੁੜੀਆਂ ਵੀ ਭੇਜੀਆਂ ਨੇ ਉੱਥੇ ਤਾਂ ਮੈਂ ਉਸ ਚੀਜ਼ ਨੂੰ ਬਹੁਤ ਅਪਰੀਸ਼ੀਏਟ ਕਰਦੀ ਹਾਂ ਇੱਕ ਸਵਾਲ ਜ਼ਰੂਰ ਹੈ ਕਿ ਸਾਡੀਆਂ ਖੇਡਾਂ ਦੇ ਵਿੱਚ ਜਦੋਂ ਤੁਸੀਂ ਬਾਹਰ ਅੰਤਰਰਾਸ਼ਟਰੀ ਲੈਵਲ ਤੇ ਦੇਖਦੇ ਹੋ ਤਾਂ ਆਪਣੇ ਜਿਹੜੇ ਸਾਡੇ ਖਿਡਾਰੀ ਨੇ ਤੇ ਜਿਹੜੇ ਵਿਦੇਸ਼ਾਂ ਦੇ ਖਿਡਾਰੀ ਨੇ ਉਹਨਾਂ ਦੇ ਵਿੱਚ ਕੀ ਫਰਕ ਦੇਖਦੇ ਹੋ ਹੁਣ ਤਾਂ ਆਲਮੋਸਟ ਮੈਚ ਅਪ ਹੋ ਗਿਆ ਹੋ ਚੁੱਕਾ ਹੈ ਆਲਮੋਸਟ ਮੈਚ ਅਪ ਹੋ ਚੁੱਕਾ ਬਸ ਤਾਂ ਪ੍ਰੋਬਲਮ ਆ ਕਿ ਸਾਡੀ ਜਿਹੜੀ ਜੀਨਸ ਆ ਨਾ ਉਹ ਅਗਰ ਆਪਾਂ ਬਲੈਕ ਸੇ ਨਾਲ ਆਪਾਂ ਦੇਖਿਆ ਜਾਵੇ ਤਾਂ ਉਹਨਾਂ ਥੋੜੀ ਵੀਕ ਹੈ ਬਟ ਆਰਨੋਲਡ ਟਾਈਮ ਦੇ ਚ ਉਹਨਾਂ ਫੈਸਿਲਿਟੀਆਂ ਦੀ ਗੱਲ ਕਰ ਰਹੇ ਅਗਰ ਤੁਸੀਂ ਨੈਸ਼ਨਲ ਕੈਂਪ ਤੇ ਜਾਓਗੇ ਤਾਂ ਬਰਾਬਰ ਹੈ ਬਹੁਤ ਕੁਝ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜੋ ਆਪਣੇ ਕੋਲ ਹੈ ਨਹੀਂ ਇੱਕ ਨੈਸ਼ਨਲ ਲੈਵਲ ਦੇ ਦੇਖਿਆ ਜਾਵੇ ਉਹ ਫਿਰ ਇੰਡੀਆ ਦੇ ਵਿੱਚ ਜਿੱਦਾਂ ਹੁਣ ਮੈਂ ਜੀਐਸਡਬਲਿਊ ਕਹੀ ਸੀ ਉਹ ਉਹਨਾਂ ਦੇ ਕੋਲ ਆ ਉਹ ਆਪਣੇ ਬੱਚੇ ਨੂੰ ਐਥਲੀਟਸ ਨੂੰ ওভার ਕੁਰੀ ਹੈ ਉਹ ਉੱਥੇ ਕਰਨਾ ਚਾਹੁੰਦਾ ਉੱਥੇ ਭੇਜ ਦਿੰਦੇ ਨੇ ਤਾਂ ਇੱਕ ਅੱਛੇ ਲੈਵਲ ਦੇ ਐਥਲੀਟ ਨੂੰ ਅਗਰ ਹੁਣ ਮੈਂ ਇਸ ਟਾਈਮ ਤੇ ਕੁਝ ਵੀ ਮੰਗਾ ਉਹ ਮੈਨੂੰ ਮਿਲ ਜੇਗਾ ਤਾਂ ਆਫਸਰਟੀਜ਼ ਹੈਗੀਆਂ ਸੋ ਬਦਲ ਰਿਹਾ ਹੌਲੀ-ਹੌਲੀ ਬਿਲਕੁਲ ਬਦਲ ਰਿਹਾ ਹੈ ਚਲ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਕੀਮਤੀ ਸਮਾਂ ਦਿੱਤਾ ਥੈਂਕ ਯੂ ਥੈਂਕ ਯੂ